ਕਹਿੰਦੀ ਰੋਟੀਆਂ ਕਿੰਨੀਆਂ ਖਾ ਲਓਗੇ, ਮੇਰਾ ਦਿਲ ਤਾਂ ਕਰੇ। ਮੈਂ ਕਿਹਾ ਵੀ ਜਦ ਤੂੰ ਰੋਟੀਆਂ ਲਾਹੀ ਚੱਲੇ ਤਾਂ ਮੈਂ ਤਾਂ ਰੱਜਾ ਹੀ ਨਾ। 1000 ਖੇਡ ਮੇਲਿਆਂ ਤੋਂ ਵੱਧ ਮੈਂ ਦੇਖ ਚੁੱਕਾ ਔਰ 200 ਖੇਡ ਮੇਲਿਆਂ ਬਾਰੇ ਮੈਂ ਲਿਖ ਚੁੱਕਾ ਔਰ 200-300 ਖਿਡਾਰੀਆਂ ਬਾਰੇ ਲਿਖ ਚੁੱਕਾ। ਇਹ ਵੀ ਮੈਂ ਦੱਸਦਿਆਂ, 79ਵੇਂ ਸਾਲ 'ਚ 7 ਕਿਲੋਮੀਟਰ ਦਾ ਪੱਕਾ ਤੁਰਦਾ, 9 ਘੰਟੇ ਮੈਂ ਪੜ੍ਹਦਾ ਲਿਖਦਾ। 7 ਅਤੇ 9, 79ਵਾਂ ਸਾਲ। ਵਿਦਵਾਨ ਦੋਸਤੋ ਅਤੇ ਪਿਆਰੇ ਬੱਚਿਓ, ਮੈਂ ਤੁਹਾਨੂੰ ਬੱਚੋ ਵੇਖ ਕੇ ਮੈਨੂੰ ਯਾਦ ਆ ਰਿਹਾ ਅੱਜ ਤੋਂ 56-57 ਸਾਲ ਪਹਿਲਾਂ ਦਾ ਉਹ ਦਿਨ ਜਿੱਦਣ ਮੇਰਾ ਭਰਾ ਪਿੰਡ ਚੱਕਰ ਤੋਂ ਮੈਨੂੰ ਬੱਸ ਚੜ੍ਹਾਉਣ ਵਾਸਤੇ ਸਾਈਕਲ ਦੇ ਉੱਤੇ ਲੈ ਕੇ ਬੱਧਣੀ ਨੂੰ ਚੱਲਿਆ ਸੀ। ਬੱਧਣੀ ਤੋਂ ਬੱਸ ਫੜ ਕੇ ਮੋਗੇ ਜਾਣਾ ਸੀ ਅਤੇ ਮੋਗੇ ਤੋਂ ਖਾਲਸਾ ਕਾਲਜ ਅੰਮ੍ਰਿਤਸਰ ਦਾਖਲ ਹੋਣਾ ਸੀ ਮੈਂ। ਉਹਦਾ ਕਾਰਨ ਇਹ ਸੀ ਕਿ 1962 ਦੇ ਵਿੱਚ ਜਿਹੜਾ ਅਪ੍ਰੈਲ ਮਈ ਦੇ ਵਿੱਚ ਇਮਤਿਹਾਨ ਤੋਂ ਪਿੱਛੋਂ ਕੋਚਿੰਗ ਕੈਂਪ ਲੱਗਾ ਸੀ, ਉੱਥੇ ਮੈਂ 2 ਈਵੈਂਟਸ ਦੇ ਵਿੱਚੋਂ ਲੱਡਾ ਕੋਠੀ ਕੈਂਪ ਲੱਗਾ ਸੀ, ਬਾਅਦ ਦਾ ਲੱਡਾ ਕੋਠੀ ਬਦਨਾਮ ਹੋਇਆ, ਉੱਥੇ ਮੈਂ 2 ਈਵੈਂਟਸ ਦੇ ਵਿੱਚੋਂ ਫਸਟ ਆ ਗਿਆ। ਤਾਂ ਖਾਲਸਾ ਕਾਲਜ ਅੰਮ੍ਰਿਤਸਰ ਦਾ DP ਕਹਿਣ ਲੱਗਾ ਵੀ ਤੂੰ ਕੀ ਕਰਦਾ ਹੁੰਦਾ। ਮੈਂ ਕਿਹਾ ਮੈਂ MA ਪੰਜਾਬੀ ਕਰਨ ਚੱਲਿਆ ਸੀ ਮਹਿੰਦਰਾ ਕਾਲਜ ਪਟਿਆਲਾ ਤੋਂ। 1961 ਦੇ ਵਿੱਚ ਮੈਂ BA ਕੀਤੀ ਸੀ ਫਾਜ਼ਿਲਕਾ ਤੋਂ। ਅਤੇ ਰੇਲ ਗੱਡੀ ਦੇ ਵਿੱਚ ਜਦ ਮੈਂ ਚੜ੍ਹਿਆ ਤਾਂ ਉਹਦੇ ਵਿੱਚ ਮੇਰੇ ਜਮਾਤੀ ਸੀ 3-4। ਉਹਨਾਂ ਨੇ ਮੈਨੂੰ ਕਿਹਾ ਕਿ ਵੀ ਤੂੰ ਰਾਤ ਸਾਡੇ ਕੋਲ ਰਹਿ ਮੁਕਤਸਰ ਅਤੇ ਕੱਲ੍ਹ ਨੂੰ ਤੂੰ ਪਟਿਆਲੇ ਜਾਂਦਾ ਰਹੀ। ਮੁਕਤਸਰ ਉਹ BEd ਦੇ ਵਿੱਚ ਉਹਨਾਂ ਨੇ ਦਾਖਲਾ ਲਿਆ ਹੋਇਆ ਸੀ ਅਤੇ ਰਾਤ ਨੂੰ ਉਹਨਾਂ ਨੇ ਮੈਨੂੰ ਇਹ ਦਲੀਲ ਦਿੱਤੀ ਕਿ ਵੀ ਤੂੰ MA ਕਰਨ ਚੱਲਿਆ, ਉਹ 2 ਸਾਲਾਂ ਦੀ ਹੁੰਦੀ ਹੈ, ਅਤੇ ਉਦੋਂ ਬਾਅਦ ਪਤਾ ਨਹੀਂ ਨੌਕਰੀ ਮਿਲੇ ਜਾਂ ਨਾ ਮਿਲੇ। ਤੂੰ ਸਾਡੇ ਵਾਂਗ BEd ਕਰ ਲੈ, 166 ਰੁਪਈਏ ਨੌਕਰੀ BEd ਕਰਨ ਸਾਰ ਹੀ ਮਿਲਦੀ ਹੈ। ਮੈਨੂੰ ਉਹਨਾਂ ਦੀ ਦਲੀਲ ਜੱਚ ਗਈ ਅਤੇ ਮੈਂ ਦਾਖਲਾ ਜਿਹੜਾ ਲੈਣਾ ਸੀਗਾ ਮਹਿੰਦਰਾ ਕਾਲਜ ਪਟਿਆਲੇ ਖੇਡਾਂ ਕਰਕੇ, ਉਹ ਮੈਂ ਦਾਖਲਾ ਭਰਤਾ ਮੁਕਤਸਰ ਅਤੇ ਪਟਿਆਲੇ ਚੱਲੇ ਦੀ ਰਾਹ ਦੇ ਵਿੱਚ ਹੀ ਮੇਰੀ BEd ਹੋ ਗਈ। ਅਤੇ ਜਦੋਂ ਮੇਰਾ ਭਰਾ ਮੈਨੂੰ ਚੜ੍ਹਾਉਣ ਚੱਲਿਆ ਬੱਧਣੀ, 8 ਜੁਲਾਈ 1962 ਦਾ ਦਿਨ, ਮੇਰਾ 22ਵਾਂ ਜਨਮ ਦਿਨ 8 ਜੁਲਾਈ ਦਾ ਹੀ ਮੇਰਾ ਜਨਮ ਆ। ਉਹ ਬੱਸ ਜਿਹੜੀ ਸੀਗੀ ਬੁੱਗੀਪੁਰੇ ਅਤੇ ਡਾਲੇ ਦੇ ਵਿਚਕਾਰ ਇੱਕ ਸੇਮ ਨਾਲੀ ਲੰਘਦੀ ਹੈ, ਬਾਰਿਸ਼ਾਂ ਦੇ ਦਿਨ 'ਚ ਉਹ ਖੁੱਭ ਗਈ। ਸਵਾਰੀਆਂ ਉਤਰ ਕੇ ਜੀ ਧੱਕੇ ਧੁੱਕੇ ਲਾਉਣ ਲੱਗੀਆਂ। ਹੁਣ ਜੇ ਤਾਂ ਮਾੜੀ ਮੋਟੀ ਖੁੱਭੀ ਹੁੰਦੀ, ਗਾਂਹ ਸੁੱਕਾ ਥਾਂ ਹੁੰਦਾ ਤਾਂ ਨਿਕਲ ਜਾਂਦੀ, ਉਹ ਹੋਰ ਖੁੱਭ ਗਈ। ਅਤੇ ਉਸ ਰੂਟ 'ਤੇ 2 ਘੰਟਿਆਂ ਤੋਂ ਪਹਿਲਾਂ ਕੋਈ ਦੂਜੀ ਬੱਸ ਨਹੀਂ ਸੀ ਆਉਂਦੀ ਬੱਧਣੀ ਮੋਗਾ, ਸੇਫ ਟਰਾਂਸਪੋਰਟ ਸੀ ਉਹਨੇ ਦਿਨੀ। ਖੈਰ ਜਦੋਂ ਉਹਨੂੰ ਮੋਗੇ ਪਹੁੰਚੇ ਤਾਂ ਅੰਮ੍ਰਿਤਸਰ ਨੂੰ ਜਾਣ ਵਾਲੀ ਆਖਰੀ ਬੱਸ ਨਿਕਲ ਚੁੱਕੀ ਸੀ। ਹੁਣ ਨਾ ਮੈਂ ਪਿੱਛੇ ਪਿੰਡ ਮੁੜ ਸਕਦਾ ਸੀ, ਨਾ ਮੇਰੀ ਮੋਗੇ ਰਿਹਾਇਸ਼ ਸੀ ਕੋਈ। ਸਾਡੇ ਘਰ ਦੇ ਵਿੱਚ ਇੱਕ ਮੈਗਜ਼ੀਨ ਆਉਣਾ ਹੁੰਦਾ ਸੀਗਾ ਸੋਵੀਅਤ ਦੇਸ਼, ਉਹਦੇ ਟਾਈਟਲ 'ਤੇ ਕਈ ਵਾਰ ਲਿਖਿਆ ਹੋਣਾ ਰਾਜਧਾਨੀ ਮਾਸਕੋ ਦੀਆਂ ਸੜਕਾਂ 'ਤੇ, ਮਾਸਕੋ ਦੇ ਚੌਂਕ ਵਿੱਚ। ਮੈਂ ਕਿਹਾ ਅਜੇ ਤੱਕ ਤਾਂ ਮੈਂ ਆਪਦੀ ਦੇਸ਼ ਦੀ ਰਾਜਧਾਨੀ ਨਹੀਂ ਦੇਖੀ। ਅਤੇ ਮੇਰੇ ਮਨ 'ਚ ਖਿਆਲ ਆਇਆ ਵੀ BEd 'ਚ ਪੜ੍ਹਦਿਆਂ ਇੱਕ ਪ੍ਰੋਫੈਸਰ ਨੇ ਕਿਹਾ ਸੀ ਵੀ ਖਾਲਸਾ ਕਾਲਜ ਦਿੱਲੀ ਦੇ ਵਿੱਚ ਵੀ ਪੰਜਾਬੀ ਦੀ MA ਹੁੰਦੀ ਹੈ। ਆਏ ਨਹੀਂ ਇੱਥੇ ਪ੍ਰੋਫੈਸਰ ਰਣਜੀਤ ਸਿੰਘ ਫਾਜ਼ਿਲਕਾ ਤੋਂ ਪਹਿਲਾਂ ਇੱਥੇ ਆਏ ਸੀ ਖਾਲਸਾ ਕਾਲਜ ਅੰਗਰੇਜ਼ੀ ਦੀ MA ਕਰਕੇ, ਅੰਗਰੇਜ਼ੀ ਦੇ ਉਹ ਲੈਕਚਰਰ ਵੀ ਲੱਗੇ। ਮੈਂ ਕਿਹਾ ਚਲੋ ਦਿੱਲੀ ਚੱਲ ਕੇ ਦੇਖ ਲੈਂਦੇ ਹਾਂ, ਨਾਲੇ ਰਾਜਧਾਨੀ ਦੇਖੀ ਜਾਊਗੀ, ਨਾਲੇ ਖਾਲਸਾ ਕਾਲਜ ਦੇਖਿਆ ਜਾਊਗਾ, ਨਾਲੇ ਰਾਤ ਕੱਟੀ ਜਾਊਗੀ, ਕੱਲ੍ਹ ਨੂੰ ਫਿਰ ਦੇਖ ਲਾਂਗੇ ਅੰਮ੍ਰਿਤਸਰ ਜਾਣ ਦਾ। ਮੈਂ
ਸੋਚ ਹੀ ਰਿਹਾ ਸੀਗਾ ਕਿ ਵੀ ਗੱਡੀ ਕੋਟਕਪੂਰੇ ਤੋਂ ਫੜਾਂ ਤੁਹਾਡੇ ਪਿੰਡ ਕੋਲੋਂ ਜਾਂ ਫਿਰ ਲੁਧਿਆਣੇ ਤੋਂ ਫੜਾਂ। ਮੈਂ ਕਿਹਾ ਕਿਸੇ ਸਿਆਣੇ ਬੰਦੇ ਨੂੰ ਪੁੱਛ ਹੀ ਲੈਂਦੇ ਹਾਂ। ਇੱਕ ਬੰਦਾ ਉੱਥੇ ਚੀਰਾ ਬੰਨਿਆ ਹੋਇਆ, ਚਾਦਰਾ ਲਾਇਆ ਹੋਇਆ, ਮੋਢੇ 'ਤੇ ਪਰਨਾ। ਮੈਂ ਕਿਹਾ ਬਾਈ ਜੀ, ਦਿੱਲੀ ਨੂੰ ਜਾਣਾ ਹੋਵੇ ਤਾਂ ਗੱਡੀ ਕੋਟਕਪੂਰੇ ਤੋਂ ਫੜਨੀ ਠੀਕ ਰਹੂ ਜਾਂ ਲੁਧਿਆਣੇ ਤੋਂ? ਕਹਿੰਦਾ ਤੂੰ ਦਿੱਲੀ ਜਾਣਾ? ਮੈਂ ਕਿਹਾ ਹਾਂ। ਕਹਿੰਦਾ ਕਿੰਨੇ ਜਣੇ ਹੋ? ਮੈਂ ਕਿਹਾ ਮੈਂ ਤਾਂ ਇਕੱਲਾ ਹੀ ਹਾਂ। ਕਹਿੰਦਾ ਜੇ ਤੂੰ ਇਕੱਲਾ ਹੀ ਹੈ ਫਿਰ ਸਾਡੇ ਟਰੱਕ 'ਤੇ ਚੜਿਆ ਚੱਲ। ਉਹਨੇ ਮੈਨੂੰ ਟਰੱਕ ਦਿਖਾ ਤਾ, ਉਹਦਾ ਨੰਬਰ ਸੀ PNF 5555। ਮੈਨੂੰ ਅੱਜ ਤੱਕ ਯਾਦ ਆ, 56-57 ਸਾਲਾਂ ਦੀ ਗੱਲ ਪਹਿਲਾਂ ਦੀ ਆ ਇਹ। ਔਰ ਉਹ ਟਰੱਕ ਵਾਲਾ ਮੈਨੂੰ ਇੱਥੇ ਲਿਆ, ਮੈਨੂੰ ਕਹਿੰਦਾ ਇਹ ਕਿੱਥੇ ਜਾਣਾ? ਮੈਂ ਖਾਲਸਾ ਕਾਲਜ। ਕਹਿੰਦਾ ਦਿੱਲੀ ਬਹੁਤ ਵੱਡੀ ਹੈ, ਖਾਲਸਾ ਕਾਲਜ ਦਾ ਮੈਨੂੰ ਕੋਈ ਪਤਾ ਨਹੀਂ, ਤੂੰ ਇਉਂ ਦੱਸ ਵੀ ਸਟੇਸ਼ਨ ਕੋਲੇ ਉਤਰਨਾ ਗੱਡੇ ਕੋਲੇ? ਮੈਂ ਕਿਹਾ ਜਿੱਥੋਂ ਦੇ ਟਰੱਕ ਮੂਹਰੇ ਲੰਘਣਾ ਨਾ, ਜੇ ਸਟੇਸ਼ਨ ਮੂਹਰੇ ਲੰਘਣਾ ਉੱਥੇ ਉਤਾਰ ਦੇ, ਨਹੀਂ ਅੱਡੇ ਮੂਹਰੇ ਉਤਾਰ ਦੇ। ਉਹ ਮੈਨੂੰ ਸਟੇਸ਼ਨ ਮੂਹਰੇ ਉਹਨੇ ਉਤਾਰ ਦਿੱਤਾ। ਉੱਥੋਂ ਮੈਂ ਗੁਰਦੁਆਰਾ ਸੀਸਗੰਜ ਸਾਹਿਬ ਜਾ ਕੇ ਮੱਥਾ ਟੇਕਿਆ ਅਤੇ ਉੱਥੋਂ ਮੈਂ ਪੁੱਛਿਆ ਵੀ ਖਾਲਸਾ ਕਾਲਜ ਕਿੱਧਰ ਆ? ਇੱਕ ਬੰਦਾ ਕਹਿੰਦਾ ਖਾਲਸਾ ਕਾਲਜ ਤੂੰ ਕੀ ਕਰਨ ਜਾਣਾ? ਮੈਂ ਕਿਹਾ ਦੋ ਯਾਰ ਬੰਦਾ ਖਾਲਸਾ ਕਾਲਜ ਪੁੱਛਿਆ, ਇਹ ਕਹਿੰਦਾ ਖਾਲਸਾ ਕਾਲਜ ਕੀ ਕਰਨ ਜਾਣਾ? ਮੈਂ ਕਿਹਾ ਮੈਂ ਖਾਲਸਾ ਕਾਲਜ ਦਾਖਲ ਹੋਣਾ। ਕਹਿੰਦਾ ਕੜਾ ਤਾਂ ਤੇਰੇ ਪਾਇਆ ਨਹੀਂ, ਤੈਨੂੰ ਦਾਖਲ ਕਿਹੜਾ ਕਰ ਲੂ? ਕੜਾ ਮੇਰੇ ਪਾਇਆ ਹੁੰਦਾ ਸੀਗਾ, ਅੱਜ ਵੀ ਮੈਂ ਪਾ ਕੇ ਚੱਲਿਆ, ਦਿਖਾ ਵੀ ਦਿੰਦਾ। ਮੈਂ ਆਖਿਆ ਵੀ ਮੈਂ ਕੜਾ ਹਾਕੀ ਜਦੋਂ ਖੇਡਦਾ ਸੀਗਾ ਨਾ, ਤੇ ਉਹ ਜੇ ਸੱਜੇ ਹੱਥ 'ਚ ਪਾਇਆ ਹੋਵੇ ਨਾ, ਉਹ ਇਹ ਅੰਗੂਠੇ ਉਚੇੜ ਦਿੰਦਾ ਹੈਗਾ। ਮੈਂ ਕਿਹਾ ਵੀ ਉੱਥੇ ਕੜਿਆਂ ਵਾਲਾ ਵੀ ਬੈਠਾ ਸੀਗਾ ਨੇੜੇ ਹੀ, ਚੁਆਨੀ ਦਾ ਮੈਂ ਕੜਾ ਉਹਦੇ ਤੋਂ ਲੈ ਲਿਆ। ਲੈ ਕੇ ਤੇ ਮੈਂ ਕਿਹਾ ਹੁਣ ਹੁਣ ਮੈਨੂੰ ਦੱਸੂਗਾ ਖਾਲਸਾ ਕਾਲਜ ਕਿੱਧਰ ਆ। ਉਹ ਜਦ ਮੈਂ ਦੇਖਾ ਉਹ ਬੰਦਾ ਚਲਾ ਗਿਆ। ਮੈਂ ਕਿਹਾ ਤਾਂ ਕੜਾ ਪਾਉਣ ਵਾਲਾ ਹੀ ਸੀਗਾ। ਖੈਰ ਕਿਸੇ ਨੇ ਦੱਸ ਦੇ 25 ਨੰਬਰ ਬੱਸ ਜਾਂਦੀ ਆ, ਲੰਬੀ ਕਹਾਣੀ ਆ, ਮੈਂ ਸੰਖੇਪ ਕਰਦਾ। ਉੱਥੇ ਇੱਕ ਮੇਰੇ ਵਰਗੀ ਪੱਗ ਦਾ ਬੰਦੇ, ਜਾਣੀ ਪੰਜਾਬ ਤੋਂ ਆਇਆ ਹੋਇਆ ਸੀਗਾ, ਬਾਕੀ ਤਾਂ ਤਿੱਖੀਆਂ ਟੂਟੀਆਂ ਵਾਲੀਆਂ ਪੱਗਾਂ ਸੀਗੀਆਂ, ਉਹ ਮੈਨੂੰ ਮਿਲ ਗਿਆ। ਮੈਂ ਕਿਹਾ ਬੰਦਾ ਤਾਂ ਦੇਸੀ ਆ ਲੱਗਦਾ। ਉਹ ਪੰਨੀ ਵਾਲੇ ਦਾ ਸੀਗਾ, ਇੱਧਰੋਂ ਡੱਬ ਵਾਲੇ ਕੋਲੇ, ਅਮਰਜੀਤ, ਉਹ ਵੀ ਐਥਲੀਟ ਨਿਕਲਿਆ। ਮੈਂ ਉਹਦੇ ਨਾਲ ਥੋੜ੍ਹੀ ਜਿਹੀ ਗੱਲਬਾਤ ਹੋਈ, ਉਹ ਕਹਿੰਦਾ ਵੀ ਤੁਹਾਨੂੰ ਮੈਂ ਆਪਣਾ, ਮੈਂ ਕਿਹਾ DP ਸਾਹਿਬ ਦੇ ਮੈਂ ਕਮਰੇ ਜਾਣਾ। ਕਹਿੰਦਾ DP ਨਹੀਂ, ਇੱਥੇ ਅਸੀਂ ਸਰਦਾਰ ਜੀ ਕਹਿੰਦੇ ਹਾਂ। ਮੈਂ ਕਿਹਾ ਸਰਦਾਰ ਜੀ ਦੇ ਕਮਰੇ 'ਚ ਲੈ ਚੱਲ। ਚਲੋ ਜੀ, ਪ੍ਰੀਤਮ ਸਿੰਘ ਬੈਂਸ ਉਦੋਂ ਸੀਗੇ ਫਿਜ਼ੀਕਲ ਐਜੂਕੇਸ਼ਨ ਦੇ ਇੰਚਾਰਜ, ਉਹਨਾਂ ਨੇ ਮੈਨੂੰ ਉੱਥੇ ਬਿਠਾ ਲਿਆ ਅਤੇ ਮੇਰੇ ਸਰਟੀਫਿਕੇਟ ਦੇਖ ਕੇ ਹੋਰ ਸਾਰਾ ਕੁਝ ਪੁੱਛ ਕੇ ਮੈਨੂੰ ਕਹਿੰਦੇ ਨਾ ਤੂੰ ਇੱਥੇ ਦਾਖਲ ਹੋ ਜਾ ਅਤੇ ਇੱਥੇ ਤੂੰ ਯੂਨੀਵਰਸਿਟੀ ਦੇ ਵਿੱਚੋਂ ਇੱਕ ਦੋ ਈਵੈਂਟਸ ਦੇ ਵਿੱਚੋਂ ਫਸਟ ਆ ਜਾਏਗਾ। ਮੈਂ ਕਿਹਾ ਜੀ ਮੈਂ ਤਾਂ ਅੰਮ੍ਰਿਤਸਰ ਨੂੰ ਜਾਣ ਵਾਸਤੇ ਆਇਆ ਸੀਗਾ ਅਤੇ ਮੈਨੂੰ ਤਾਂ ਟਰੱਕ ਵਾਲਾ ਲੈ ਆਇਆ, ਮੈਂ ਦਾਖਲ ਹੋਣ ਵਾਲਾ ਤਾਂ ਮੇਰਾ ਕੋਈ ਪ੍ਰੋਗਰਾਮ ਨਹੀਂ, ਉਹ ਦੇਵਨਗਰ ਹੁੰਦਾ ਸੀ ਖਾਲਸਾ ਕਾਲਜ, ਅਤੇ ਮੈਨੂੰ ਉਹ ਪਸੰਦ ਨਹੀਂ। ਸੱਚੀ ਗੱਲ ਆ ਵੀ ਉਹ ਜਿਹੜੀਆਂ ਤਿੱਖੀਆਂ ਟੂਟੀਆਂ ਜੀਆਂ ਵਾਲੇ ਸੀ ਨਾ, ਘੁੱਟਵੀਆਂ ਜਾਂ ਪੈਂਟਾਂ ਵਾਲੇ, ਅਤੇ ਮੈਂ ਕਿਹਾ ਮੇਰਾ ਨਹੀਂ ਇੱਥੇ ਜੀਜੂ ਲੱਗਣਾ। ਅਤੇ ਉਹ ਕਹਿੰਦੇ ਮੈਂ ਤੈਨੂੰ ਇੱਕ ਗੱਲ ਦੱਸਦਿਆਂ, ਮੇਰਾ ਤਜਰਬਾ ਬਹੁਤ ਆ, ਮੈਂ ਖਾਲਸਾ ਕਾਲਜ ਅੰਮ੍ਰਿਤਸਰ ਦਾ ਪੜ੍ਹਿਆ ਹੋਇਆ, ਮਦਰਾਸ ਵੱਲੋਂ ਮੈਂ ਕੀਤੀ ਸੀਗੀ DP ED, ਅਤੇ ਹੁਣ ਮੈਂ ਇੱਥੇ ਨੌਕਰੀ ਕਰ ਰਿਹਾ। ਚੰਗਾ ਹੋ ਗਿਆ, ਕਹਿੰਦਾ ਬੱਸ ਖੁੱਭ ਗਈ, ਤੂੰ ਖਾਲਸਾ ਕਾਲਜ ਜਾ ਲੱਗਣਾ ਸੀਗਾ ਅੰਮ੍ਰਿਤਸਰ, ਅਤੇ ਟਰੱਕ ਵਾਲਾ ਤੈਨੂੰ ਲਿਆ ਇੱਥੇ, ਤੂੰ ਇੱਥੇ ਪੜ੍ਹ, ਨਾਲੇ ਤਾਂ ਯੂਨੀਵਰਸਿਟੀ ਦਾ ਚੈਂਪੀਅਨ ਬਣੇਗਾ, ਨਾਲੇ ਤੂੰ ਬਣ ਜਾਏਗਾ ਇੱਥੇ ਪ੍ਰੋਫੈਸਰ ਪੰਜਾਬੀ ਦਾ, ਅਤੇ ਜੇ ਤੂੰ ਲੱਗਿਆ ਉੱਥੇ ਗਿਆ ਅੰਮ੍ਰਿਤਸਰ, ਫਿਰ ਕਹਿੰਦਾ ਭਾਊਆਂ ਨਾਲ ਰਲ ਜਾਏਗਾ, ਲੜਾਈਆਂ ਝਗੜਿਆਂ 'ਚ ਪੈ ਜਾਏਗਾ, ਵਾਧੂ ਥਾਣੇਦਾਰ ਲੱਗੇਗਾ। ਖਿਡਾਰੀ ਉਦੋਂ ਥਾਣੇਦਾਰ ਹੀ ਲੱਗਦੇ ਸੀ ਉਹ, ਹੁਣ ਵੀ ਮੈਂ ਕਈ ਵਾਰੀ ਸੋਚਦਾ ਜੇ ਮੈਂ ਜੇ ਕਿਤੇ ਉੱਦਣ ਮੇਰਾ ਭਰਾ ਜਦੋਂ ਮੈਨੂੰ ਛੱਡਣ ਆਇਆ ਸੀ ਨਾ ਉੱਥੇ, ਜਿਹੜਾ ਉਹ ਸਾਈਕਲ ਦਾ ਪਟਾਕਾ ਪਿਆ ਸੀ ਲੋਪੋ ਕੋਲ ਆ ਕੇ, ਉਹਦਾ ਸਾਈਕਲ ਮੋੜ ਕੇ ਲੈ ਗਿਆ ਅਤੇ ਮੈਂ ਤੁਰ ਕੇ ਗਿਆ ਕਹਾਂ। ਮੈਂ ਕਿਹਾ ਜੇ ਸਾਈਕਲ ਦਾ ਪਟਾਕਾ ਨਾ ਪੈਂਦਾ ਸ਼ਾਇਦ ਪਹਿਲੀ ਬੱਸ ਮੈਨੂੰ ਉੱਥੋਂ ਮਿਲ ਜਾਂਦੀ, ਉਹ ਨਾ ਹੀ ਖੁੱਭਦੀ, ਅਤੇ ਮੈਂ ਖਾਲਸਾ ਕਾਲਜ ਅੰਮ੍ਰਿਤਸਰ ਚਲਿਆ ਜਾਂਦਾ। ਅੱਛਾ, ਉੱਥੇ ਜਾ ਕੇ ਮੈਂ ਆਖਿਆ ਵੀ ਮੈਂ ਜੇ ਪੜ੍ਹਨ ਲੱਗਦਾ ਨਾ, ਆ ਲੈਕਚਰਰ ਜਾਂ ਲੇਖਕ ਬਣਨ ਵਾਲੇ ਪਾਸੇ ਨਹੀਂ ਸੀਗਾ ਪੈਣਾ, ਜਿਹੋ ਜਿਹਾ ਮੇਰਾ ਕੰਮਕਾਰ ਸੀਗਾ, ਖਿਡਾਰੀ ਹੋਣਾ, ਖਿਡਾਰੀਆਂ ਨਾਲ ਮਿਲਣਾ ਗਿਲਣਾ, ਹੋਰ ਇਹੋ ਜਿਹਾ ਕੁਛ, ਅਤੇ ਮੈਂ ਉੱਥੇ ਕਿਸੇ ਨਾ ਕਿਸੇ ਪੁਲਿਸ ਜਾਂ ਤਾਂ ਪੰਜਾਬ ਪੁਲਿਸ ਜਾਂ ਰੇਲਵੇ ਪੁਲਿਸ 'ਚ ਭਰਤੀ ਹੋ ਜਾਂਦਾ। ਇਹ ਵੱਖਰੀ ਗੱਲ ਆ ਵੀ ਰਿਟਾਇਰ ਹੋਣ ਵੇਲੇ ਤੱਕ, ਹੁਣ ਇੱਧਰੋਂ ਤਾਂ ਮੈਂ ਪ੍ਰਿੰਸੀਪਲ ਦੇ ਤੌਰ 'ਤੇ ਰਿਟਾਇਰ ਹੋਇਆ, ਉੱਧਰੋਂ ਪਤਾ ਨਹੀਂ ਸੁਪਰਡੈਂਟ
SP ਬਣ ਕੇ ਜਾਂ IG ਬਣ ਕੇ ਹੀ ਸ਼ਾਇਦ ਰਿਟਾਇਰ ਹੁੰਦਾ, ਕੀ ਪਤਾ ਲੱਗਦਾ ਕਿੱਥੇ ਜਾਂਦਾ, ਜਾਂ ਕੀ ਪਤਾ ਉਂਝ ਹੀ ਕਿਤੇ ਮੁਕਾਬਲੇ ਮੁਕਾਬਲੇ ਜੀ ਇੱਧਰ ਉੱਧਰ ਹੋ ਜਾਂਦਾ। ਖੈਰ ਇਹ ਮੈਂ ਸੰਖੇਪ ਇਸ ਕਰਕੇ ਵੇਰਵਾ ਖਾਸਾ ਦੇ ਬੈਠਾ, ਦਿਲਚਸਪ ਗੱਲਾਂ ਨੇ ਬਹੁਤ ਸਾਰੀਆਂ, ਤੁਹਾਡੇ ਨਾਲ ਕਰਨ ਨੂੰ ਵੀ ਜੀ ਕਰਦਾ, ਪਰ ਮੈਂ ਇਹਨਾਂ ਗੱਲਾਂ 'ਤੇ ਨਹੀਂ ਹੁਣ ਖੜ੍ਹੇ ਰਹਿਣਾ ਚਾਹੁੰਦਾ। ਇਸ ਤਰ੍ਹਾਂ ਮੈਂ 1962 ਦੇ ਵਿੱਚ ਇੱਥੇ ਦਾਖਲ ਹੋ ਗਿਆ ਖਾਲਸਾ ਕਾਲਜ ਦੇ ਵਿੱਚ। ਮੇਰਾ ਫਾਰਮ ਭਰਿਆ ਸੀ ਸਰਦਾਰ ਜੋਗਿੰਦਰ ਸਿੰਘ ਸੋਢੀ, ਪ੍ਰੋਫੈਸਰ ਸਾਹਿਬ ਸੀਗੇ ਸੁਰਿੰਦਰ ਕੌਰ ਹੋਰਾਂ ਦੇ ਪਤੀ, ਅਤੇ ਮੈਂ ਉਹਦੇ 'ਚ ਕੁਛ ਨਹੀਂ ਸੀਗਾ ਭਰਿਆ। ਮੇਰੇ ਪੁੱਛੀ ਗਏ, ਉਹ ਭਰੀ ਗਏ, ਅਤੇ ਮੈਨੂੰ ਪ੍ਰਿੰਸੀਪਲ ਬਲ ਸਾਹਿਬ ਦੇ ਕਮਰੇ 'ਚ ਲੈ ਗਏ ਦਫ਼ਤਰ 'ਚ, ਅਤੇ ਉਹਨਾਂ ਦਾ ਜਵਾਬ ਸੀਗਾ, ਸੋਢੀ ਸਾਹਿਬ ਤੁਸੀਂ ਆਪਦੇ ਬੱਚੇ ਉਦੋਂ ਦਾਖਲ ਕਰਵਾਉਣ ਲਿਆਉਂਦੇ ਹੋ ਜਦੋਂ VC ਦੀ ਸਪੈਸ਼ਲ ਮਨਜ਼ੂਰੀ ਦੇ ਨਾਲ ਦਾਖਲ ਕੀਤੇ ਜਾ, ਤੁਸੀਂ ਪਹਿਲਾਂ ਲਿਆ ਕਰੋ। ਉਹ ਮੈਂ ਕਹਿਣ ਹੀ ਲੱਗਿਆ ਸੀਗਾ, ਮੈਂ ਕਿਹੜਾ ਦਾਖਲ ਹੋਣਾ ਹੈ, ਵੀ ਮੈਂ ਦਾਖਲ ਦੁਖਲ ਨਹੀਂ ਹੋਣਾ, ਇਹ ਤਾਂ ਧੱਕੇ ਨਾਲ ਹੀ ਮੈਨੂੰ ਦਾਖਲ ਕਰਨ ਨੂੰ ਫਿਰਦੇ ਨੇ। ਖੈਰ ਉਦੋਂ ਨੂੰ ਉਹਨਾਂ ਨੇ ਦੱਸ ਕਰਤੇ ਅਤੇ ਮੈਨੂੰ ਕਹਿਣਾ ਨਾ ਪਿਆ। ਅਤੇ ਉਸ ਤੋਂ ਬਾਅਦ ਮੈਂ ਕਿਹਾ ਉਹਨਾਂ ਨੂੰ ਵੀ ਉੱਥੇ ਤਾਂ ਮੈਂ ਤਾਂ ਚੱਲਿਆ ਸੀਗਾ ਵੀ ਉਹਨਾਂ ਨੇ ਮੇਰੀ ਫੀਸ ਮਾਫ਼ ਕਰ ਦੇਣੀ ਸੀਗੀ, ਮੈਨੂੰ ਹੋਸਟਲ ਦੇ ਵਿੱਚ ਕੁਛ ਨਹੀਂ ਸੀ ਦੇਣਾ ਪੈਣਾ। ਪ੍ਰੀਤਮ ਸਿੰਘ ਕਹਿੰਦਾ ਵੀ ਇੱਥੇ ਵੀ ਤੇਰਾ ਬਾਹਲਾ ਨਹੀਂ ਖਰਚਾ ਹੋਣ ਦਿੰਦੇ। ਉਹਨਾਂ ਨੇ ਕਲਰਕ ਨੂੰ ਸੱਦਿਆ, ਪਤਾ ਨਹੀਂ ਕੀ ਕਿਹਾ, ਉਹਨੇ ਮੈਨੂੰ ਰੋਲ ਨੰਬਰ ਸਲਿੱਪ ਲਿਆ ਕੇ ਦੇਤੀ, ਮੇਰਾ ਪੈਸਾ ਇੱਕ ਨਹੀਂ ਲੱਗਿਆ। ਅਤੇ ਅਮਰਜੀਤ ਮੈਨੂੰ ਘਰ ਲੈ ਗਿਆ, ਉਹਦੇ ਕੋਲੇ ਘਰ ਦੇ ਨਾਲ ਇੱਕ ਕਲੱਬ ਸੀਗਾ, ਉਹਦੇ 'ਚ ਬੈਡਮਿੰਟਨ ਕੋਰਟ ਲੱਗਿਆ ਹੋਇਆ ਸੀਗਾ, ਵੇਟ ਸੈੱਟ ਪਿਆ ਸੀ, ਨਲਕਾ ਲੱਗਿਆ ਹੋਇਆ ਸੀ, ਇੱਕ ਤੂਤ ਸੀਗਾ, ਇੱਕ ਪਿੱਪਲ ਦੀ ਛਾਂ ਸੀਗੀ। ਅਤੇ ਉਹ ਕਹਿੰਦੇ ਵੀ ਤੂੰ ਇਹਦੇ 'ਚ ਰਹੀ ਜੇ, ਕਮਰਾ ਹੈਗਾ ਇੱਕ, ਇਹਦਾ ਕੋਈ ਕਿਰਾਇਆ ਨਹੀਂ। ਇੱਕ ਤੰਦੂਰ ਦਿਖਾਤਾ ਵੀ ਇੱਥੋਂ ਰੋਟੀ ਰਾਟੀ ਲਿਆਉਣੀ ਹੋਵੇ, ਆਟੇ ਦਾ ਪੀਪਾ ਰੱਖ ਲਈ, ਚਾਹ ਵਾਲਾ ਵੀ ਨੇੜੇ ਸੀਗਾ। ਬਿਜਲੀ ਕਹਿੰਦੇ ਕਿ ਵੀ ਤਾਰ ਸਾਡੇ ਘਰੋਂ ਤੈਨੂੰ ਦੇ ਦਿਆਂਗੇ ਇੱਥੇ ਚੱਲਣ ਪੜ੍ਹਨ ਵਾਸਤੇ। ਮੈਂ ਕਿਹਾ ਸਾਰਾ ਕੁਛ ਹੀ ਯਾਰ ਠੀਕ ਹੋਈ ਜਾਂਦਾ। ਕਹਿੰਦੇ ਦਿੱਲੀ ਤਾਂ ਇਹ ਜੇਬ ਕਤਰਿਆਂ ਦਾ ਸ਼ਹਿਰ ਆ, ਬੜਾ ਮਹਿੰਗਾ ਸ਼ਹਿਰ ਹੈ, ਤਾਂ ਸਾਰਾ ਕੁਛ ਹੀ ਸਸਤਾ ਹੋਈ ਜਾਂਦਾ। ਅਤੇ ਮੈਂ ਕਿਹਾ ਮੇਰਾ ਪੈਸਾ ਵੀ ਕੋਈ ਨਹੀਂ, ਰਾਹ 'ਚ ਮੈਂ ਸੋਚਦਾ ਆਵਾਂ ਮਨਾ ਬੰਦੇ ਦਾ ਯਾਰ ਬੜੇ ਚੰਗੇ ਮਿਲੇ ਆ, ਇੱਥੇ ਹੀ ਪੜ੍ਹ ਲਓ। ਇੱਥੇ ਇੱਥੇ ਖਾਲਸਾ ਕਾਲਜ ਪੜ੍ਹਨ ਲੱਗ ਪਿਆ ਖਿਡਾਰੀ, ਉਹ ਮੈਂ 2-3 ਈਵੈਂਟਸ ਦੇ ਵਿੱਚ ਉਹ ਫਸਟ ਸੈਕਿੰਡ ਥਰਡ ਆਉਣ ਲੱਗ ਪਿਆ। MA ਦੇ ਵਿੱਚ ਥੋੜ੍ਹੀ ਜਿਹੀ ਮੈਂ ਥੋੜ੍ਹੀ ਜਿਹੀ ਕਸਰ 'ਚ ਰਹਿ ਗਿਆ ਕਿ ਇੱਕ ਨੰਬਰ 'ਤੇ ਮੇਰੀ ਫਸਟ ਡਿਵੀਜ਼ਨ ਰਹਿ ਗਈ, ਸੈਕਿੰਡ ਆ ਸਕਿਆ ਮੈਂ ਯੂਨੀਵਰਸਿਟੀ 'ਚੋਂ, ਪਰ ਨਾਲ ਸੈਕਿੰਡ ਬੈਸਟ ਅਥਲੀਟ ਵੀ ਸੀਗਾ ਯੂਨੀਵਰਸਿਟੀ ਦਾ। ਅਤੇ ਇਸ ਤੋਂ ਅਗਾਂਹ ਹੋਰ ਕਈਆਂ ਲਈ ਹੈਰਾਨੀ ਦੀ ਗੱਲ ਹੋਊਗੀ ਕਿ ਪ੍ਰੋਫੈਸਰ ਜਸਵੰਤ ਸਿੰਘ ਫੁੱਲ ਹੁੰਦੇ ਸੀ, ਬਾਅਦ 'ਚ ਪ੍ਰਿੰਸੀਪਲ ਵੀ ਬਣੇ। ਉਹ ਮੈਂ ਰੇਹੜੀ 'ਤੇ ਜੂਸ ਪੀ ਜਾਵਾਂ, ਉਹਨੂੰ ਕਹਿੰਦਾ ਵੀ ਮੁੰਡਾ ਵਾਹਵਾ ਬਣਦਾ ਫਬਦਾ ਜਿਹਾ ਹੈਗਾ, ਉਹ ਕਹਿੰਦਾ ਵੀ 2 ਗਲਾਸ ਹੋਰ ਕਰ ਦੇ। ਮੈਂ ਕਿਹਾ ਪ੍ਰੋਫੈਸਰ ਜਾ ਇਕੱਠੇ 2 ਗਲਾਸ ਪੀ ਲਓ। ਉਹਨੇ 1 ਗਲਾਸ ਮੈਨੂੰ ਜੂਸ ਦਾ ਪਿਲਾਇਆ, ਇੱਕ ਆਪ ਵੱਡੇ ਗਲਾਸ ਸੀ, ਫਿਰ ਕਹਿੰਦਾ ਮੇਰੇ ਨਾਲ ਆ ਜਾ। ਉਹ ਪੋਲੀਟੀਕਲ ਸਾਇੰਸ ਦੇ, ਮੈਂ ਕਹਿੰਦਾ ਪੰਜਾਬੀ ਦੇ ਨਾ ਹੋਰ। ਉਹ ਸੀ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਰਹੇ, ਉਹਨਾਂ ਨੇ ਮੈਨੂੰ ਨਾਲ ਤੋਰ ਲਿਆ। ਇੱਕ ਚੁਬਾਰੇ 'ਚ ਰਹਿੰਦੇ ਸੀ ਉਹ, ਉੱਥੇ ਲਿਜਾ ਕੇ ਕਹਿੰਦੇ ਤੂੰ, ਤੈਨੂੰ ਦਿੱਲੀ ਦੀ ਸਿੱਖ ਸਟੂਡੈਂਟ ਫੈਡਰੇਸ਼ਨ ਦਾ, ਦਿੱਲੀ ਦੀ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਪ੍ਰਧਾਨ ਬਣਾਉਣਾ। ਉਹ ਮੈਂ ਕਿਹਾ ਮੇਰਾ ਪਿਓ ਤਾਂ ਕਾਮਰੇਡ ਆ, ਸਾਡੇ ਘਰ ਤਾਂ ਉਹ ਮਾਰਕਸਵਾਦੀ ਲਿਟਰੇਚਰ ਆਉਂਦਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਸਾਰਾ ਹੀ ਕਹੇ ਵੀ ਉਹ ਮਾਰਕਸਵਾਦੀ ਹੋਈ ਹੈ, ਉਹ ਸਾਰਾ ਗਰੀਬਾਂ ਦੇ ਹੱਕ 'ਚ ਆ, ਕਿਰਤੀਆਂ ਦੇ ਹੱਕ 'ਚ ਆ। ਖੈਰ ਜੀ, ਉਹਨਾਂ ਨੇ ਮੈਨੂੰ ਕਰ ਲਿਆ ਤਿਆਰ ਗੁਰਦੁਆਰਾ ਪਹਾੜਗੰਜ, ਇੱਥੋਂ ਨੇੜੇ ਹੀ ਹੋਣਾ ਕਿਤੇ, ਉਸ ਗੁਰਦੁਆਰੇ ਨਾਲ ਉਹਨਾਂ ਨੇ ਇਕੱਠ ਕਰ ਲਿਆ 50-60 ਜਣੇ ਸੱਦ ਕੇ। ਅਤੇ ਮੈਨੂੰ ਤਾਂ ਜੀ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਿੱਲੀ ਸਰਕਲ ਦਾ ਪ੍ਰਧਾਨ ਬਣਾਤਾ। ਅਚਾਰਜ ਮੈਂ ਇਸ ਗੱਲੋਂ ਵੀ ਇਹ ਕਿ ਇਹਨਾਂ ਨੇ ਮੈਨੂੰ ਕਿਹੜੇ ਪਾਸੇ ਲਾ ਲਿਆ। ਚਲੋ ਜੀ, ਮੈਂ ਪ੍ਰਧਾਨ ਬਣ ਗਿਆ। ਪ੍ਰਧਾਨ ਬਣ ਕੇ ਉਹ ਇੱਕ ਤਾਂ ਕਹਿੰਦੇ ਵੀ ਆਹ ਕਸ਼ਹਿਰਾ ਪਾਉਣਾ ਪਊ, ਮੈਂ ਕਿਹਾ ਕਸ਼ਹਿਰਾ ਤਾਂ ਪਾ ਲੂੰ, ਅੰਮ੍ਰਿਤ ਛਕਣ ਜੋਗਾ ਮੈਂ ਨਹੀਂ ਹਾਲੇ। ਉਹ ਕਸ਼ਹਿਰਾ ਮੈਂ ਪਾਉਂਦਾ ਘੱਟ ਸੀ, ਦਿਖਾਉਂਦਾ ਵੱਧ ਸੀਗਾ ਵੀ ਉਹ ਹੈਗਾ ਮੇਰੇ ਕੋਲ। ਉਹ ਵੀ ਮੇਰੇ ਬੜਾ ਕੰਮ ਠੀਕ ਆਇਆ। ਮਾਸਟਰ ਤਾਰਾ ਸਿੰਘ ਨੂੰ ਮਿਲਣ ਦਾ ਮੌਕਾ ਮਿਲ ਗਿਆ, ਸੰਤ ਫਤਿਹ ਸਿੰਘ ਨੂੰ ਮਿਲਣ ਦਾ ਮੌਕਾ ਮਿਲ ਗਿਆ, ਬੂਟਾ ਸਿੰਘ MP ਨੂੰ, ਸਰਦਾਰ ਕਪੂਰ ਸਿੰਘ ICS ਉਹਨਾਂ ਨੂੰ, ਡਾਕਟਰ ਗੋਪਾਲ ਸਿੰਘ ਦਰਦੀ, ਉਹਨਾਂ ਦਾ ਕੋਈ ਰੌਲਾ ਰੱਪਾ ਜਿਹਾ ਸੀ ਗੁਰੂ ਗ੍ਰੰਥ ਸਾਹਿਬ ਜੀ ਦਾ ਤਰਜਮਾ ਕਰਨ ਦੇ ਸੰਬੰਧ 'ਚ। ਕਪੂਰ ਸਿੰਘ ਅਤੇ ਡਾਕਟਰ ਗੋਪਾਲ ਸਿੰਘ ਦਰਦੀ, ਉਹ ਗੋਪਾਲ ਸਿੰਘ ਦਰਦੀ ਮੈਨੂੰ ਕਹਿਣ ਲੱਗੇ
ਤੁਸੀਂ ਸਿੱਖ ਸਟੂਡੈਂਟਸ ਵਾਲੇ ਆਹ ਪ੍ਰਚਾਰ ਕਰੋ ਵੀ ਉਹ ਮੈਂ ਹੀ ਕੀਤਾ, ਚਿੱਠੀਆਂ ਚੁੱਠੀਆਂ ਦਿਖਾਈਆਂ ਇੱਕ ਦੋ। ਚਲੋ ਰਿਕਾਰਡ ਹੋ ਰਹੀ ਆ ਵੈਸੇ, ਗਲਤ ਆ ਜਿਹੜੀ ਮੈਂ ਕਰ ਰਿਹਾ, ਹੁਣ ਮੈਂ ਇਹ ਲਾ ਹੀ ਦਿੰਦਾ ਸਿਰੇ। ਬਈ ਡਾਕਟਰ ਗੋਪਾਲ ਸਿੰਘ ਦਰਦੀ, ਜਸਵੰਤ ਸਿੰਘ ਕਮਲ ਲੈ ਗਏ, ਨਾ ਸੋਰੀ, ਜਸਵੰਤ ਸਿੰਘ ਫੁੱਲ ਉਹ ਲੈ ਗਏ, ਅਤੇ ਉਹ ਆਪਦੇ ਕਮਰੇ 'ਚ ਨਾ ਟਿਕ ਕੇ ਨਹੀਂ ਸੀ, ਕਿਤੇ ਐਨ ਤੁਰਨ ਕਿਤੇ ਐਨ ਤੁਰਨ, ਪਰੇਸ਼ਾਨੀ ਸੀਗੇ। ਪਰੇਸ਼ਾਨੀ ਤੋਂ ਬਾਅਦ ਦੱਸਿਆ ਵੀ ਤੁਸੀਂ ਇਹ ਕੰਮ ਕਰਨਾ ਸੀਗਾ, ਕਰਾਂਗੇ, ਸਿੱਖ ਸਟੂਡੈਂਟ ਫੈਡਰੇਸ਼ਨ ਤੋਂ ਕਾਹਦੇ ਲਈ ਆ। ਅਤੇ ਵੱਡੀ ਗੱਲ ਹੋਈ ਕਿ ਜਥੇਦਾਰ ਸੰਤੋਖ ਸਿੰਘ, ਜਿਹੜੇ ਕਿ ਉਦੋਂ ਦਿੱਲੀ ਦੀ ਸਿੱਖ ਪੋਲਿਟਿਕਸ ਦੇ ਵਿੱਚ, ਗੁਰਦੁਆਰੇ ਦੀ ਪੋਲਿਟਿਕਸ ਦੇ ਵਿੱਚ ਬੜੇ ਹਾਵੀ ਹੁੰਦੇ ਸੀਗੇ, ਮੈਂ ਉਹਨਾਂ ਦੀਆਂ ਨਜ਼ਰਾਂ 'ਚ ਆ ਗਿਆ। ਅਤੇ ਨਜ਼ਰਾਂ 'ਚ ਕਾਹਦਾ ਆਇਆ, ਉਹਦੇ ਨਾਲ ਫਿਰ ਖਾਲਸਾ ਕਾਲਜ ਦੇ ਵਿੱਚ ਲੈਕਚਰਰ ਲੱਗਣ ਦਾ ਵੀ ਰਾਹ ਖੁੱਲ੍ਹ ਗਿਆ। ਮੈਂ ਕੁਛ ਦਿਨ ਜਥੇਦਾਰ ਸੰਤੋਖ ਸਿੰਘ ਹੋਰਾਂ ਦੇ ਦੋ ਛੋਟੇ ਛੋਟੇ ਬੱਚੇ ਸੀਗੇ ਉਦੋਂ, ਉਹਨਾਂ ਨੂੰ ਪੜ੍ਹਾਉਣ ਵੀ ਜਾਂਦਾ ਰਿਹਾ। ਕਸ਼ਮੀਰੀ ਗੇਟ ਉਹਨਾਂ ਦਾ ਘਰ ਹੁੰਦਾ ਸੀਗਾ, ਜਿਹੜੇ ਅੱਜ ਕੱਲ੍ਹ ਦੇ ਬਹੁਤ ਵੱਡੇ ਲੀਡਰ ਨੇ ਨਾ, ਇਹਨਾਂ ਨੂੰ ਮੈਂ ਘੁੱਟ ਪੈਣੋਂ ਵੀ ਬਚਾਇਆ। ਮੈਂ ਇੱਕ ਵਾਰੀ ਇਹਨਾਂ ਦੀਆਂ ਕਾਪੀਆਂ ਚੈੱਕ ਕਰ ਰਿਹਾ ਸੀਗਾ, ਉਹ 'ਚੋਂ ਲਾਲ ਜੀਆਂ ਲਕੀਰਾਂ ਲਾ ਕੇ ਨਾ, ਵੀ ਆਹ ਠੀਕ ਕਰਕੇ ਲਿਖਣਾ। ਉੱਥੇ ਕੀ ਹੋਇਆ, ਜਥੇਦਾਰ ਜੀ ਆ ਗਏ, ਮੈਨੂੰ ਕਹਿਣ ਲੱਗੇ ਵੀ ਕਾਕੇ ਕਿਵੇਂ ਆ ਪੜ੍ਹਨ 'ਚ। ਮੈਂ ਕਿਹਾ ਵੀ ਠੀਕ ਨੇ, ਮਾੜੀ ਮੋਟੀ ਗਲਤੀ ਕਰਦੇ ਆ ਇਹ, ਮੈਂ ਦਰੁਸਤ ਕਰ ਦਿੰਦਾ, ਠੀਕ ਹੈ। ਕਿਹੜਾ ਜ਼ਿਆਦਾ ਕਰਦਾ? ਮੈਂ ਕਿਹਾ ਨਹੀਂ, ਜ਼ਿਆਦਾ ਜੂਦਾ ਤਾਂ ਕੋਈ ਨਹੀਂ ਕਰਦਾ, ਇਹ ਠੀਕ ਹੀ ਆ। ਮਤਲਬ ਉਹ ਕਾਪੀ ਉਹਨਾਂ ਨੂੰ ਆਪ ਤਾਂ, ਉਹਨਾਂ ਨੇ ਕੀ ਅੰਗਰੇਜ਼ੀ ਪੜ੍ਹਨੀ ਸੀਗੀ, ਉਹ ਇੰਗਲਿਸ਼ ਸਕੂਲ ਦੇ ਸੀ, ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ 'ਚ ਲੱਗੇ ਸੀ ਪੜ੍ਹਨ, ਉਹਨਾਂ ਨੇ ਤਾਂ ਲਾ ਲਈ ਧੌੜੀ ਦੀ ਜੁੱਤੀ ਸੀਗੀ, ਅਤੇ ਜੁੱਤੀ ਦੇ ਨਾਲ ਉਹਨਾਂ ਨੂੰ ਖੜਕਾਉਣਾ। ਮੈਂ ਫੜ ਲਈ ਜੁੱਤੀ, ਮੈਂ ਉਹਨੂੰ ਬਾਂਹ ਫੜੀ, ਮੈਂ ਕਿਹਾ ਬੱਚਿਆਂ ਨੂੰ ਕੁੱਟਣਾ ਨਹੀਂ ਚਾਹੀਦਾ, ਹੁਣ ਤਾਂ ਬਹੁਤ ਵੱਡੇ ਲੀਡਰ ਬਣੇ ਹੋਏ ਨੇ, ਪਤਾ ਨਹੀਂ ਉਹਨੂੰ ਜੋ ਬਚਪਨ 'ਚ ਕੁੱਟ ਪਿਆ ਬਚਾਏ ਆ, ਉਦੋਂ ਕੋਈ ਇਨਾਮ ਕਦੇ ਦੇਣ ਕਿ ਨਾ ਦੇਣ। ਸੋ ਇਸ ਤਰ੍ਹਾਂ ਦੀਆਂ ਭੇਤ ਭਰੀਆਂ ਗੱਲਾਂ ਬੜੀਆਂ ਨੇ ਮੇਰੇ ਕੋਲ, ਕਿ ਮੈਂ ਪਿੰਡਾਂ ਦੇ ਟੂਰਨਾਮੈਂਟਾਂ ਤੋਂ ਲੈ ਕੇ ਓਲੰਪਿਕ ਖੇਡਾਂ ਤੱਕ, ਏਸ਼ੀਅਨ ਖੇਡਾਂ, ਕਾਮਨਵੈਲਥ ਖੇਡਾਂ, ਦੇਸ਼ ਪ੍ਰਦੇਸ਼ ਦੇ ਟੂਰਨਾਮੈਂਟ ਗਿਣੇ ਨਹੀਂ ਗਏ, ਪਰ ਮੈਨੂੰ ਇਹ ਯਕੀਨ ਆ ਵੀ 1000 ਖੇਡ ਮੇਲਿਆਂ ਤੋਂ ਵੱਧ ਮੈਂ ਦੇਖ ਚੁੱਕਾ, ਔਰ 200 ਖੇਡ ਮੇਲਿਆਂ ਬਾਰੇ ਮੈਂ ਲਿਖ ਚੁੱਕਾ, ਔਰ 200-300 ਖਿਡਾਰੀਆਂ ਬਾਰੇ ਲਿਖ ਚੁੱਕਾ। ਓਲੰਪਿਕ ਖੇਡਾਂ ਦਾ ਇਤਿਹਾਸ, ਏਸ਼ੀਅਨ ਖੇਡਾਂ ਦਾ ਇਤਿਹਾਸ, ਪੰਜਾਬ ਦੀਆਂ ਦੇਸੀ ਖੇਡਾਂ ਜਿਹੜੀਆਂ ਭੁੱਲ ਵਿਸਰ ਗਈਆਂ ਜਾਂ ਵਿਸਰ ਰਹੀਆਂ, 87 ਖੇਡਾਂ, 85 ਖੇਡਾਂ ਜਾਂ 87 ਖੇਡਾਂ, ਜਾਂ 85 ਖਿਡਾਰੀਆਂ ਦੇ ਰੇਖਾ ਚਿੱਤਰ ਪੰਜਾਬ ਦੇ ਚੋਣਵੇਂ ਖਿਡਾਰੀ, ਇਹ ਵੱਖਰੀ ਗੱਲ ਆ ਕਿ ਮੈਨੂੰ ਸਾਹਿਤਕਾਰ ਨਹੀਂ ਮੰਨਿਆ ਜਾ ਰਿਹਾ। ਮੈਂ ਖਿਡਾਰੀਆਂ ਬਾਰੇ ਹੀ ਨਹੀਂ ਲਿਖਿਆ, ਕਹਾਣੀਆਂ ਵੀ ਲਿਖੀਆਂ, ਪਹਿਲਾਂ ਲਿਖਣੀਆਂ ਹੀ ਕਹਾਣੀਆਂ ਨੇ, ਔਰ ਉਸ ਤੋਂ ਬਾਅਦ ਕਹਾਣੀਆਂ, ਨਚਾਰ, ਬੁੱਢਾ ਦੇ ਬੀਜ, ਭਾਰ, ਨਿਦਾਨਾ ਸਾਧ ਨਹੀਂ ਵਗੈਰਾ, ਇਸ ਤਰ੍ਹਾਂ ਦੀਆਂ ਸੀਗੀਆਂ। ਫਿਰ ਉਸ ਤੋਂ ਬਾਅਦ ਜੀਵਣੀਆਂ, ਤੁਸੀਂ ਪਹਿਲਾਂ ਦੱਸ ਸਕਦੇ ਹੋ ਵੀ ਸਾਰੀ ਦੁਨੀਆ 'ਚ ਸਭ ਤੋਂ ਉੱਪਰਲਾ ਪੰਜਾਬੀ, ਜਿਹਦਾ ਸਾਰੀ ਦੁਨੀਆ ਦੇ ਵਿੱਚ ਸਭ ਤੋਂ ਨੰਬਰ 1 ਗਿਣਿਆ ਗਿਆ ਹੋਵੇ, ਉਹ ਹੋਵੇ ਪੰਜਾਬੀ, ਦੱਸ ਸਕਦੇ ਹੋ? ਨਾ, ਕਿਹੜਾ ਹੋ ਸਕਦਾ? ਸਾਰੀ ਦੁਨੀਆ 'ਚੋਂ ਇੱਕ ਤਾਂ ਹੁੰਦਾ ਨਾ ਵੀ ਕਿਸੇ ਇੱਕ ਦੇਸ਼ 'ਚੋਂ ਜਾਂ ਏਸ਼ੀਆ 'ਚੋਂ, ਉਹ ਸਾਰੀ ਆਲ ਓਵਰ ਦੀ ਵਰਲਡ ਉਹ ਨੰਬਰ 1 ਗਿਣਿਆ ਗਿਆ ਹੋਇਆ ਨਹੀਂ। ਦੇਖੋ ਉਂਝ ਅਸੀਂ ਕਹਿੰਦੇ ਹਾਂ ਕਿ ਸਾਡੇ ਕੋਲ ਪੰਜਾਬੀ ਦੇ ਲੇਖਕ ਵੀ ਹੈਗੇ ਆ, ਸਾਡੇ ਕੋਲ ਪੰਜਾਬੀ ਦੇ, ਸਾਡੇ ਕੋਲ ਜਰਨੈਲ ਵੀ ਹੈਗੇ ਆ, ਸਾਡੇ ਕੋਲ ਸਿਆਸਤਦਾਨ ਵੀ ਹੈਗੇ ਆ, ਕਿਸੇ ਨੇ ਨਾਂ ਲੈਣਾ ਹੁੰਦਾ ਫਟ 8-7 ਆਪਣੇ ਫਿਲਮੀ ਹਸਤੀਆਂ ਦਾ ਨਾਂ ਲੈ ਸਕਦੇ ਨੇ ਜਾਂ ਸਿਆਸਤਦਾਨਾਂ ਦਾ ਨਾਂ ਲੈ ਸਕਦੇ ਨੇ, ਪਰ ਇੱਕ ਹੈ ਬਲਬੀਰ ਸਿੰਘ। ਬਲਬੀਰ ਸਿੰਘ ਨੇ ਜਿਹੜੀ 2012 ਦੀਆਂ ਓਲੰਪਿਕ ਖੇਡਾਂ ਹੋਈਆਂ ਨੇ ਨਾ ਲੰਡਨ ਦੇ ਵਿੱਚ, ਉਹਦੇ 'ਚ ਓਲੰਪਿਕ ਦੀ ਸਾਰੀ ਜਰਨੀ ਦੇ ਵਿੱਚੋਂ, ਹਿਸਟਰੀ ਦੇ ਵਿੱਚੋਂ 16 ਆਈਕੋਨਿਕ ਓਲੰਪੀਅਨ ਚੁਣੇ ਨੇ, ਜਿਹਦੇ 'ਚ 8 ਮਰਦ ਨੇ, 8 ਔਰਤਾਂ ਨੇ। ਉਹਨਾਂ 8 ਮਰਦਾਂ ਅਤੇ ਔਰਤਾਂ ਦੇ ਵਿੱਚੋਂ ਏਸ਼ੀਆ ਦੇ ਹਿੱਸੇ ਸਿਰਫ 2 ਨੇ, ਇੱਕ ਚੀਨ ਦਾ, ਦੂਜਾ ਇੰਡੀਆ ਦਾ, ਹਿੰਦ ਮਹਾਂਦੀਪ 'ਚੋਂ ਇੱਕੋ ਹੀ ਬੰਦਾ, ਔਰ ਜਿਹੜਾ ਹਿੰਦ ਮਹਾਂਦੀਪ 'ਚੋਂ ਇੱਕ ਬੰਦਾ ਉਹ ਪੰਜਾਬ ਦਾ,
ਜਿਹੜਾ ਪੰਜਾਬ ਦਾ ਉਹ ਜ਼ਿਲ੍ਹਾ ਜਲੰਧਰ ਦੇ ਪਿੰਡ ਹਰੀਪੁਰ ਖਾਲਸਾ ਨਾਨਕੇ ਨੇ ਪੁਆਧੜਾ ਪਿੰਡ ਔਰ ਮੋਗੇ ਤੋਂ ਹਾਕੀ ਖੇਡਣੀ ਸ਼ੁਰੂ ਕੀਤੀ। ਮੋਗੇ ਵਾਲਾ ਬਲਬੀਰ ਵੱਜਦਾ ਉਹ, ਔਰ ਉਹਦਾ ਵਰਲਡ ਰਿਕਾਰਡ, 3 ਗੋਲਡ ਮੈਡਲ ਜਿੱਤੇ ਹੋਏ ਨੇ ਓਲੰਪਿਕ ਦੇ, ਏਸ਼ੀਅਨ ਗੇਮਾਂ ਦੇ ਵਿੱਚੋਂ ਜਿੱਤੇ ਨੇ, 7 ਗੋਲਡ ਮੈਡਲ ਕੋਚ ਅਤੇ ਮੈਨੇਜਰ ਬਣ ਕੇ ਜਿਤਾਏ ਨੇ, ਔਰ ਇੱਕੋ ਵਾਰੀ ਵਰਲਡ ਕੱਪ ਹਾਕੀ ਦਾ ਜਿੱਤਿਆ ਤਾਂ ਉਦੋਂ ਕੋਚ ਮੈਨੇਜਰ ਇਹ ਬਲਬੀਰ ਸਿੰਘ ਸੀਗਾ। ਔਰ ਉਹ ਬਲਬੀਰ ਸਿੰਘ ਜਿਹਨੇ ਹੈਲਸਿੰਕੀ ਦੀਆਂ ਓਲੰਪਿਕ ਖੇਡਾਂ ਦੇ ਵਿੱਚ ਹਾਲੈਂਡ ਦੇ ਖਿਲਾਫ ਫਾਈਨਲ ਮੈਚ ਦੇ ਵਿੱਚ 5 ਗੋਲ ਕੀਤੇ ਘਾਹ ਵਾਲੇ ਮੈਦਾਨ 'ਤੇ, ਔਰ ਉਹ ਰਿਕਾਰਡ 1952 ਵਾਲਾ ਹਾਲੇ ਤੱਕ ਬੀਟ ਨਹੀਂ ਹੋਇਆ, ਭਾਵੇਂ ਜਿਹੜੀ ਹਾਕੀ ਉਹ ਆਸਟਰੋ ਟਰਫ 'ਤੇ ਆ ਗਈ ਆ। ਔਰ ਉਹ ਬੰਦਾ ਇਸ ਵੇਲੇ 3.25 ਮਹੀਨਿਆਂ ਤੋਂ ਜ਼ੇਰੇ ਇਲਾਜ ਆ PGI ਚੰਡੀਗੜ੍ਹ ਦੇ ਵਿੱਚ, ਜਿਹੜਾ ਦੁਨੀਆ ਦਾ ਨੰਬਰ 1 ਗਿਣਿਆ ਗਿਆ। ਬਹੁਤ ਲੋਕਾਂ ਨੂੰ ਪਤਾ ਹੀ ਨਹੀਂਗਾ ਵੀ ਉਹ 95 ਸਾਲ ਦਾ ਹੋ ਚੁੱਕਿਆ, 31 ਦਸੰਬਰ ਨੂੰ ਛਿਆਨਵਾ ਲੱਗ ਚੁੱਕਿਆ, 3 ਮਹੀਨਿਆਂ ਤੋਂ ਉਹ ਬੇਸੁੱਧ ਪਿਆ ਹੈਗਾ। ਔਰ ਜੇ ਕਿਸੇ ਨੂੰ ਭਾਰਤ ਰਤਨ ਦੇਣਾ ਹੋਵੇ ਖਿਡਾਰੀਆਂ ਦੇ ਵਿੱਚ, ਮੈਂ ਸਮਝਦਾ ਕਿ ਇੰਟਰਨੈਸ਼ਨਲ ਓਲੰਪਿਕ ਕਮੇਟੀ ਨੇ ਪਹਿਲਾਂ ਓਲੰਪਿਕ ਰਤਨ ਬਣਾ ਦਿੱਤਾ, ਭਾਰਤ ਰਤਨ ਪਤਾ ਨਹੀਂ ਉਹਦੇ ਕੋਈ ਜਿਉਂਦੇ ਜੀ ਬਣਾਉਂਦਾ ਜਾਂ ਜਿਉਣ ਤੋਂ ਬਾਅਦ ਬਣਾਉਂਦਾ ਜਾਂ ਨਹੀਂ ਵੀ ਬਣਾਉਂਦਾ, ਇਹ ਹਾਲ ਹੈ। ਸੋ ਮੈਂ ਉਹਨਾਂ ਬਾਰੇ ਜਿਹੜੀ ਕਲਮ ਚੁੱਕੀ ਜਿਹੜੇ ਏਸ਼ੀਆ ਦੇ ਨੰਬਰ 1 ਨੇ, ਜਿਹੜੇ ਇੰਡੀਆ ਦੇ ਨੰਬਰ 1 ਨੇ ਜਾਂ ਵਿਸ਼ਵ ਦੇ ਨੰਬਰ 1 ਨੇ, ਉਹਨਾਂ ਬਾਰੇ ਮੈਂ ਕਲਮ ਚੁੱਕ ਕੇ ਉਹਨਾਂ ਦੇ ਰੇਖਾ ਚਿੱਤਰ ਲਿਖੇ ਨੇ, ਉਹਨਾਂ ਦੀਆਂ ਜੀਵਨੀਆਂ ਲਿਖੀਆਂ ਨੇ, ਉਹਨਾਂ ਬਾਰੇ ਗੱਲਾਂ ਕੀਤੀਆਂ ਨੇ ਪੰਜਾਬੀ ਦੇ ਵਿੱਚ। ਮੈਨੂੰ ਉਹ ਦਿਨ ਯਾਦ ਹੈ ਜਦੋਂ ਮੈਂ ਲਿਖਣਾ ਸ਼ੁਰੂ ਕੀਤਾ ਸੀਗਾ ਇਹਨਾਂ ਬਾਰੇ, 1966 ਦੇ ਵਿੱਚ। ਮੇਰਾ ਖਿਆਲ ਹੈ ਕਿ ਇੱਕ ਮੈਂ ਹੀ ਇਹੋ ਜਿਹਾ ਲੇਖਕ ਸੀਗਾ ਜਿਹੜਾ ਲਗਾਤਾਰ ਹਰ ਅੰਕ ਦੇ ਵਿੱਚ 1 ਸਾਲ ਛਾਪਦਾ ਰਿਹਾ ਹੋਊਗਾ। ਕਦੇ ਮੁੜਕੇ ਦਾ ਮੋਤੀ ਗੁਰਬਚਨ ਸਿੰਘ, ਕਦੇ ਧਰਤੀ ਤੱਕ ਪ੍ਰਵੀਨ ਕੁਮਾਰ, ਕਦੇ ਅੱਗ ਦੀ ਨਾਲ ਸਰਦਾਰਾ, ਕਦੇ ਸ਼ਹਿਦ ਦਾ ਕੋਟ ਅਜਮੇਰ, ਕਦੇ ਕਲਹਿਰੀ ਮੋਰ ਜਰਨੈਲ, ਕਦੇ ਪੱਤੋ ਵਾਲਾ ਬਲਦੇਵ, ਅਤੇ ਇਸ ਤਰ੍ਹਾਂ ਦੇ ਗੁਰੂ ਨਾਨਕ ਦਾ ਗ੍ਰਾਈ ਪ੍ਰਿਥੀਪਾਲ, ਤੋਂ ਰੇਖਾ ਚਿੱਤਰ ਮੈਂ ਉਦੋਂ ਲਿਖਣੇ ਸ਼ੁਰੂ ਕੀਤੇ ਸੀਗੇ ਉਹਨਾਂ ਖਿਡਾਰੀਆਂ ਬਾਰੇ ਜਿਹੜੇ ਇੱਕ ਪਿੰਡ ਜਾਂ ਇੱਕ ਜ਼ਿਲ੍ਹੇ ਜਾਂ ਇੱਕ ਸ਼ਹਿਰ ਦੇ ਵਿੱਚ ਨਹੀਂ ਬਲਕਿ ਸਾਰੇ ਦੇਸ਼ 'ਚੋਂ ਨੰਬਰ 1 ਸੀ ਜਾਂ ਏਸ਼ੀਆ 'ਚੋਂ ਨੰਬਰ 1 ਸੀ। ਮੈਂ ਜਿਸ ਵੇਲੇ ਲਿਖਣਾ ਸ਼ੁਰੂ ਕੀਤਾ ਤਾਂ ਡਾਕਟਰ ਭਜਨ ਸਿੰਘ ਨੇ ਮੈਨੂੰ ਕਿਹਾ ਸੀ, ਉਹ ਮੈਨੂੰ ਜੱਟਾ ਕਹਿ ਕੇ ਸੰਬੋਧਨ ਕਰਦੇ ਸੀ, ਬੁਲਾਉਂਦੇ ਸੀ। ਜਦੋਂ ਮੈਨੂੰ ਖਾਲਸਾ ਕਾਲਜ ਦਿੱਲੀ ਦੇਵਨਗਰ ਵਾਲੇ ਕਾਲਜ ਦਾ ਪੰਜਾਬੀ ਸੈਕਸ਼ਨ ਦਾ ਐਡੀਟਰ ਬਣਾਇਆ, ਸਟੂਡੈਂਟ ਐਡੀਟਰ, ਤਾਂ ਮੈਨੂੰ ਥੋੜ੍ਹੇ ਸਾਹਿਬ ਨੇ ਕਿਹਾ ਵੀ ਤੂੰ ਐਂ ਕਰ, ਡਾਕਟਰ ਭਜਨ ਸਿੰਘ ਹੋਰਾਂ ਤੋਂ ਕਵਿਤਾ ਮੰਗ ਇਹਦੇ ਵਿੱਚ ਛਾਪਣ ਲਈ। ਮੈਂ ਉਹਨਾਂ ਤੋਂ ਕਵਿਤਾ ਮੰਗੀ, ਉਹਨਾਂ ਨੇ ਕਵਿਤਾ ਦੇ ਦਿੱਤੀ, ਨਾਲ ਹੀ ਮੇਰੀ ਗੱਲਬਾਤ ਤੋਂ ਉਹ ਕਹਿਣ ਲੱਗੇ ਤੂੰ ਜਵਾਨਾ ਮਾਲਵੇ ਦਾ ਲੱਗਦਾ। ਮੈਂ ਹਾਂ ਜੀ, ਮੈਂ ਮਾਲਵੇ ਦਾ। ਕਹਿੰਦਾ ਲੱਗਦਾ ਵੀ ਜੱਟ ਜਿਹਾ। ਮੈਂ ਕਿਹਾ ਹੈਗਾ ਹੀ ਜੱਟ, ਸੰਧੂ ਜੱਟ ਆ। ਚੰਗਾ ਜੱਟ ਆ, ਵੀ ਤੈਨੂੰ ਕਵਿਤਾ ਮੈਂ ਲਿਖ ਦੇਊਂਗਾ। ਉਦੋਂ ਬਾਅਦ ਉਹਨਾਂ ਨੇ ਜਦੋਂ ਉਹਨਾਂ ਨੇ ਤਰਜਮਾ ਕਰਨਾ, ਭਾਵੇਂ ਉਹ ਖਲੀਲ ਜਬਰਾਨ ਦਾ ਸੀਗਾ, ਭਾਵੇਂ ਉਹ ਅਨਅਡਰੈਸਡ ਲੈਟਰਸ, ਚਿੱਠੀਆਂ ਬਿਨ ਸਰਨਾਵੇ, ਕਦੇ ਕਦੇ ਮੈਨੂੰ ਵੀ ਬੁਲਾ ਲੈਣਾ ਅਤੇ ਤਰਜਮਾ ਉਹਨਾਂ ਨੇ ਬੋਲੀ ਜਾਣਾ ਅਤੇ ਮੈਨੂੰ ਲਿਖਾਈ ਜਾਣਾ ਅਤੇ ਮੇਰੀ ਲਿਖਾਈ ਨੂੰ ਵੀ ਸੋਧ ਦੇਣਾ। ਮੈਂ ਸ਼ੁਕਰਗੁਜ਼ਾਰ ਹਾਂ ਉਹਨਾਂ ਦਾ ਕਿ ਉਹਨਾਂ ਨੇ ਮੇਰੀ ਲਿਖਾਈ ਦੀ ਸੁਧਾਈ ਕੀਤੀ ਅਤੇ ਮੈਨੂੰ ਲੇਖਕ ਬਣਨ ਦੇ ਵਿੱਚ ਉਹਨਾਂ ਦਾ ਵੀ ਯੋਗਦਾਨ ਹੈ। ਤਾਂ ਉਹ ਕਹਿੰਦੇ ਮੇਰੀ ਸਲਾਹ ਕਿ ਤੈਨੂੰ ਤੂੰ ਐਂ ਕਰ ਵੀ ਤੈਨੂੰ ਖੇਡਾਂ ਦੇ ਖਿਡਾਰੀਆਂ ਦੀ ਗੱਲ ਕਰਨੀ ਆਉਂਦੀ ਹੈ। ਐਥਲੈਟਿਕਸ ਮੀਟ 'ਤੇ ਮੈਂ ਕਮੈਂਟਰੀ ਕੀਤੀ ਇਹਨਾਂ ਖੇਡਾਂ ਖਿਡਾਰੀਆਂ ਦੀ, ਵੀ ਜੇ ਤੂੰ ਜਿਹੜਾ ਕੁਛ ਆ ਪੰਜਾਬੀ 'ਚ ਲਿਖਿਆ ਨਾ, ਜੇ ਤੂੰ ਇਹ ਵੀ ਕੁਛ ਹਿੰਦੀ ਜਾਂ ਅੰਗਰੇਜ਼ੀ 'ਚ ਲਿਖੇ ਤਾਂ ਤੈਨੂੰ ਓਲੰਪਿਕ ਖੇਡਾਂ, ਏਸ਼ੀਅਨ ਖੇਡਾਂ ਕਵਰ ਕਰਨ ਦੇ ਮੌਕੇ ਮਿਲਣਗੇ, ਹਵਾਈ ਜਹਾਜ਼ਾਂ 'ਤੇ ਚੜ੍ਹੇਗਾ ਅਤੇ ਜਾ ਕੇ ਕਹਿੰਦਾ ਤੂੰ ਕਵਰੇਜ ਦੇਵੇਂਗਾ ਜਸਦੇਵ ਸਿੰਘ ਵਾਂਗੂ। ਮੈਂ ਕਿਹਾ ਡਾਕਟਰ ਸਾਹਿਬ ਤੁਹਾਡੀ ਸਲਾਹ ਸਿਰ ਮੱਥੇ, ਮੈਨੂੰ ਇੱਥੇ ਹੁਣ ਦਿੱਲੀ 'ਚ ਆਇਆਂ ਨੂੰ 4-5 ਸਾਲ ਹੋ ਗਏ ਅਤੇ ਹਿੰਦੀ ਜਾਂ ਅੰਗਰੇਜ਼ੀ, ਹਿੰਦੀ ਵੀ ਮੈਂ ਪੜ੍ਹੀ ਹੋਈ ਸੀਗੀ ਅਤੇ ਅੰਗਰੇਜ਼ੀ ਵੀ, ਚਲੋ ਉਹ ਕਿਉਂਕਿ BEd ਵੀ ਅੰਗਰੇਜ਼ੀ ਵਿੱਚ ਦੀ ਕਰਨੀ ਪੈਂਦੀ ਸੀਗੀ, ਅੰਗਰੇਜ਼ੀ 'ਚ ਅਭਿਆਸ ਕਰਨਾ ਲਿਖਿਆ ਜਾ ਸਕਦਾ, ਪਰ ਕਿਸੇ ਨੂੰ ਕਦੇ ਨਾ ਕਦੇ ਪੰਜਾਬੀ ਵਿੱਚ ਵੀ ਖੇਡਾਂ ਦੇ ਖਿਡਾਰੀਆਂ ਦੀ ਗੱਲ ਕਰਨੀ ਪਊ ਕਿ ਨਹੀਂ ਪਊ?
ਕਹਿੰਦੇ ਆਹ ਪੰਜਾਬੀ 'ਚ ਵੀ ਕਰਨੀ ਚਾਹੀਦੀ ਹੈ। ਮੈਂ ਕਿਹਾ ਮੈਂ ਤਾਂ ਪੰਜਾਬੀ 'ਚ ਹੀ ਕਰੂੰਗਾ, ਅੰਗਰੇਜ਼ੀ ਹਿੰਦੀ 'ਚ ਨਹੀਂ ਕਰਨੀ। ਕਹਿੰਦਾ ਫਿਰ ਮੇਰੀ ਗੱਲ ਸੁਣ ਲੈ। ਮੈਂ ਕਿਹਾ ਸੁਣਾਓ। ਕਹਿੰਦਾ ਹੁਣ ਤੂੰ ਸਾਈਕਲ 'ਤੇ ਚੜ੍ਹਦਾ, ਪੰਜਾਬੀ 'ਚ ਲਿਖਣ ਦੇ ਨਾਲ ਤੂੰ ਵੱਧ ਤੋਂ ਵੱਧ ਸਕੂਟਰ 'ਤੇ ਚੜ੍ਹ ਸਕਦਾ, ਕਾਰ ਤੱਕ ਨਹੀਂ ਪਹੁੰਚ ਸਕਦਾ। ਇਹ ਗੱਲ 1966-67 ਦੀ ਆ। ਮੈਂ ਜਦੋਂ ਇੰਗਲੈਂਡ ਦੇ ਵਿੱਚ, ਅਮੈਰੀਕਾ ਜਾਂ ਕੈਨੇਡਾ ਦੇ ਖੇਡ ਮੇਲਿਆਂ 'ਤੇ ਜਾਂਦਾ, ਕਮੈਂਟਰੀ ਕਰਦਾ, ਉੱਥੇ ਅਕਸਰ ਇਹ ਗੱਲ ਕਹਿੰਦਾ ਕਿ ਵੀ ਉਹ ਮੈਨੂੰ ਕਹਿੰਦੇ ਹੁੰਦੇ ਸੀਗੇ ਵੀ ਪੰਜਾਬੀ 'ਚ ਲਿਖਣ ਅਤੇ ਪੰਜਾਬੀ 'ਚ ਬੋਲਣ ਨਾਲ ਤੂੰ ਵੱਧ ਤੋਂ ਵੱਧ ਸਕੂਟਰ ਦਾ ਸਵਾਰ ਹੋ ਸਕਦਾ, ਪਰ ਪੰਜਾਬੀ ਪਿਆਰਿਓ ਮੈਂ ਤੁਹਾਡਾ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਮੈਨੂੰ ਹਵਾਈ ਜਹਾਜ਼ਾਂ 'ਤੇ ਚੜ੍ਹਾ ਚੜ੍ਹਾ ਕੇ ਹੰਭਾ ਦਿੱਤਾ। ਇੱਕ ਦਿਨ ਮੈਂ ਅਤੇ ਮੱਖਣ ਸਿੰਘ ਹਵਾਈ ਅੱਡੇ ਗਿਣ ਲੱਗ ਪਏ। ਮੈਂ ਤਾਂ 50 ਹੀ ਗਿਣਾ ਸਕਿਆ, ਉਹਨੇ 60-70 ਗਿਣਾਏ। ਤੂੰ ਜਿੱਥੇ ਕਮੈਂਟਰੀ ਕਰਨੀ ਆ ਉਹਨਾਂ ਨੇ ਟਿਕਟਾਂ ਭੇਜਣੀਆਂ ਸਾਨੂੰ, ਅੱਜ ਜੀ ਨਿਊਯਾਰਕ ਕਮੈਂਟਰੀ ਕਰਨੀ ਆ, ਅੱਜ ਸੈਟਲ ਕਰਨੀ ਆ, ਅੱਜ ਤੁਸੀਂ ਸ਼ਿਕਾਗੋ ਜਾਣਾ, ਅੱਜ ਤੁਸੀਂ ਡੇਟਨ ਜਾਣਾ, ਅੱਜ ਸਿਨਸਿਨੈਟੀ ਆ, ਅੱਜ ਇੰਡੀਅਨਾਪੋਲਿਸ ਆ, ਅੱਜ ਸੈਨ ਹੋਜ਼ੇ ਆ, ਵੈਨਕੂਵਰ ਆ, ਐਡਮੰਟਨ ਆ, ਕੈਲਗਰੀ ਆ, ਆਟਵਾ, ਇਸ ਤਰੀਕੇ ਦੇ ਨਾਲ ਮੋਂਟਰੀਅਲ ਆ, ਇੱਧਰ ਆ, ਉੱਧਰ ਆ। ਤੋ ਇਹ ਆ ਪੰਜਾਬੀ ਜਿਹੜੇ ਹੈਗੇ, ਜਦੋਂ ਇਹ ਆ ਜਾਣ ਨਾ ਜਿਹੜੀ ਗੱਲ 'ਤੇ ਆ ਜਾਣ, ਫਿਰ ਇਹ ਪੰਜਾਬੀ ਵਾਲਿਆਂ ਨੂੰ ਵੀ ਰਜਾਣ ਦਿਆ। ਅਤੇ ਮੈਨੂੰ ਇਹ ਗੱਲ ਆ ਕਿ ਮੈਨੂੰ ਪੰਜਾਬੀ 'ਚ ਲਿਖਣ ਦਾ ਜੋ ਆਨੰਦ ਆਇਆ ਉਹ ਸ਼ਬਦਾਂ ਵਿੱਚ ਦੀ ਬਿਆਨ ਨਹੀਂ ਕਰ ਸਕਦਾ, ਜਿੰਨੀ ਮੈਨੂੰ ਮਾਨਤਾ ਮਿਲੀ। ਇਹ ਠੀਕ ਆ, ਆਲੋਚਕਾਂ ਨੇ ਮੈਨੂੰ ਅਜੇ ਤੱਕ ਜਾਣਿਆ ਵੀ ਮੈਂ ਕੋਈ ਲੇਖਕ ਹੈਗਾ। ਠੀਕ ਆ ਕਿ ਮੇਰੇ ਕੁਛ ਆਰਟੀਕਲ ਵੱਖ ਵੱਖ ਪਾਠ ਪੁਸਤਕਾਂ 'ਚ ਲੱਗੇ, ਇੱਕ ਮੇਰਾ ਸਫ਼ਰਨਾਮਾ ਵੀ ਪਾਠ ਪੁਸਤਕ ਬਣਿਆ ਰਿਹਾ ਪੰਜਾਬ ਯੂਨੀਵਰਸਿਟੀ 'ਚ। ਪਰ ਮੈਂ ਕਈ ਵਾਰੀ ਦੇਖਦਾ ਹੁੰਦਾ ਕਿ ਵੀ ਜੇ ਮੈਂ ਕਹਾਣੀਆਂ ਲਿਖੀ ਜਾਂਦਾ, 25-30-40 ਕਹਾਣੀਆਂ ਲਿਖ ਦਿੰਦਾ, ਤਾਂ ਸ਼ਾਇਦ ਇਹਨਾਂ ਨੇ ਕਹਿਣਾ ਵੀ ਬੜਾ ਤਕੜਾ ਸਾਹਿਤਕਾਰ ਆ, ਵੀ ਬੜੀਆਂ ਕਹਾਣੀਆਂ ਲਿਖੀਆਂ। ਕਹਾਣੀਆਂ ਮੈਂ 10 ਕੁ ਲਿਖ ਕੇ ਪਾਸ ਕਰ ਗਿਆ। ਪਰ ਇਹ ਮੈਨੂੰ ਪਤਾ ਵੀ ਮੈਂ ਕਹਾਣੀਆਂ ਲਿਖੀ ਜਾਂਦਾ ਨਾ, ਹੋ ਸਕਦਾ ਮੇਰੀ ਗਿਣਤੀ 3 'ਚ ਹੁੰਦੀ ਜਾਂ 13 'ਚ ਹੁੰਦੀ, ਪਰ ਹੁਣ ਤਾਂ ਮੈਂ ਪਹਿਲੇ ਨੰਬਰ 'ਤੇ ਹਾਂ। ਮੈਂ ਉਹ ਕੰਮ ਕੀਤਾ ਜਿਹਦੇ 'ਚ ਪਹਿਲੇ ਨੰਬਰ 'ਤੇ ਹਾਂ, ਔਰ ਮੈਨੂੰ ਕਹਿਣ ਦੀ ਲੋੜ ਨਹੀਂ, ਹਰ ਕੋਈ ਕਹੀ ਜਾਂਦਾ ਵੀ ਹਾਂ ਪਹਿਲੇ ਨੰਬਰ 'ਤੇ ਹੈ। ਤੋ ਇਸ ਤਰ੍ਹਾਂ ਦਾ ਆਪਣਾ ਬੀਬਾ, ਨੌਜਵਾਨੋ, ਸਕੋਪ ਬਹੁਤ ਆ ਅੱਗੇ ਵਧਣ ਦਾ। ਇੰਨਾ ਸਧਾਰਨ ਪੇਂਡੂ ਮੁੰਡਾ, ਮੈਂ 10ਵੀਂ ਕੀਤੀ 3rd Division ਦੇ ਵਿੱਚ, 14 ਮੁੰਡੇ ਸੀ ਚੱਕਰ ਦੇ ਇਮਤਿਹਾਨ ਦੇਣ ਵਾਲੇ, ਜਗਰਾਉਂ ਇਮਤਿਹਾਨ ਵਾਲਾ ਸੀ ਆਪਣਾ ਉਹ ਸਰਕਾਰੀ ਸਕੂਲ ਦੇ ਵਿੱਚ। ਉਹ ਦੂਜੇ ਸੀਗੇ, ਉਹ ਕਹਿੰਦੇ ਵੀ ਫਲਾਣੇ ਥਾਂ ਪੇਪਰ ਆਊਟ ਹੋਇਆ, ਆਪਾਂ ਉਹਦਾ ਪਤਾ ਕਰੀਏ। ਅਤੇ ਮੈਂ ਆਖਿਆ ਵੀ ਤੁਸੀਂ ਪੇਪਰ ਦਾ ਪਤਾ ਕਰ ਲਓ, ਮੈਂ ਕਿਉਂਕਿ ਚਾਹ ਪਾਣੀ ਬਣਾ ਕੇ ਰੱਖਣਾ ਤੁਹਾਡਾ, ਅਤੇ ਮੈਂ ਆਪਦਾ ਪੜ੍ਹੀ ਪੁੜੀ ਗਿਆ। ਉਹ ਅੱਧੀ ਰਾਤ ਤੱਕ ਪੇਪਰ ਆਊਟ ਹੋਣ ਵਾਲੇ ਉਹੀ ਪੁੱਛਦੇ ਪੁੱਛਦੇ ਰਹੇ ਵੀ ਕਿੱਥੋਂ ਕੀ ਆਉਣਾ ਕੱਲ੍ਹ ਨੂੰ, ਉਹ ਸਾਰੇ ਫੇਲ ਹੋ ਗਏ, ਮੈਂ ਪਾਸ ਹੋ ਗਿਆ। ਹੁਣ 14 ਚੋਂ ਇੱਕ ਜਣਾ ਪਿੰਡ 'ਚੋਂ ਪਾਸ ਹੋਇਆ ਹੋਵੇ, ਅਤੇ ਪਿੰਡ ਵਾਲੇ ਉਹ ਕਹਿੰਦੇ ਵੀ ਅਸਲੀ ਪਾੜਾ ਇਹ ਹੈ, ਅਤੇ ਸੀਗੀ ਮੇਰੀ 3rd Division, ਅੱਕਾਂ ਦੇ ਵਿੱਚ ਰਿੰਡ ਪ੍ਰਧਾਨ ਹੋਣ ਵਾਲੀ ਗੱਲ ਸੀਗੀ। ਹੁਣ ਵੀ ਸਭ ਤੋਂ ਘੱਟ ਨੰਬਰ 10ਵੀਂ ਦਿਆਂ, ਮੇਰੇ ਗਾਂਹ ਵੱਧਦੇ ਗਏ। ਅਤੇ ਜੇ ਕੋਈ ਪੁੱਛਦਾ ਨਾ ਬਈ ਤੇਰੇ ਨੰਬਰ ਕਿੱਥੇ, ਕਿਹੜੀ ਜਮਾਤ 'ਚ ਕਿੱਥੇ ਵੱਧ ਸੀਗੇ, ਮੈਂ ਕਹਿੰਦਾ 10ਵੀਂ 'ਚ ਵੱਧ ਸੀਗੇ। 14 'ਚੋਂ ਮੈਂ ਆ ਗਿਆ ਪਹਿਲੇ ਨੰਬਰ 'ਤੇ, ਹੋਰ ਥਾਂ ਦਾ 14 'ਚੋਂ ਪਹਿਲੇ ਨੰਬਰ ਦੇਣਾ ਬਹੁਤ ਔਖਾ, ਮਤਲਬ ਹੋ ਸਕਦਾ ਕਿ ਤਾਂ ਇਹ। ਜਦੋਂ ਉਸ ਤੋਂ ਬਾਅਦ 10ਵੀਂ ਕਰਨ ਤੋਂ ਬਾਅਦ ਜਗਰਾਉਂ ਕਾਲਜ ਨਹੀਂ ਸੀ ਖੁੱਲ੍ਹਿਆ, ਉਦੋਂ ਨੇੜੇ ਸ਼ਹਿਰ ਜਗਰਾਉਂ ਸੀ, ਸੁਧਾਰ ਨੂੰ ਰਾਹ ਨਹੀਂ ਸੀ ਠੀਕ, ਮੋਗਾ ਪੈਂਦਾ ਸੀ ਉੱਥੋਂ ਬਧਨੀ ਤੋਂ, ਗਾ ਉਹ ਮੈਂ 10 ਹੀ ਚੁੱਕਿਆ, 30-35 ਮੀਲ। ਅਤੇ ਮੇਰੀ ਇੱਕ ਭੂਆ ਵਿਆਹੀ ਹੋਈ ਸੀ ਫਾਜ਼ਿਲਕਾ ਦੇ ਨਾਲ ਹੀ, 3-4 ਕਿਲੋਮੀਟਰ ਦੇ ਪਿੰਡ ਕੋਠਾ। ਹੁਣ ਉਦੋਂ ਇੰਨਾ ਖਰਚਾ ਕਰਨ ਦੀ ਹੈ ਨਹੀਂ ਸੀ ਮਾਪਿਆਂ ਦੇ ਵਿੱਚ, ਅਤੇ ਹੋਸਟਲਾਂ 'ਚ ਰੱਖ ਕੇ ਪੜ੍ਹਾਉਣੇ ਬੱਚੇ ਬਹੁਤ ਔਖੇ ਸੀਗੇ। ਅਤੇ ਮੈਨੂੰ ਕਹਿੰਦੇ ਵੀ ਜੇ ਤੂੰ ਪੜ੍ਹਨਾ ਤਾਂ ਫਿਰ ਉੱਥੇ ਰਹਿਣਾ ਪਊਗਾ ਭੂਆ ਕੋਲ, ਅਤੇ ਫਾਜ਼ਿਲਕਾ ਤੋਂ ਉੱਥੇ BA ਕਰ ਲਈ। ਮੈਂ ਕਿਹਾ ਠੀਕ ਆ। ਮੈਂ 7 ਵਾਲੀ ਗੱਡੀ ਤੁਰ ਕੇ ਫੜੀ ਚੱਕਰ ਤੋਂ, 20 ਕਿਲੋਮੀਟਰ ਆ ਉਹ, ਕੋਈ ਵੀਰੇ ਗਿਆ ਤੁਰ ਕੇ, 20 ਕਿਲੋਮੀਟਰ ਤਾਂ ਗਾਲੀ ਮੂਲੀ ਆ। ਪ੍ਰੋਫੈਸਰ ਬਣ ਕੇ ਵੀ ਮੈਂ 20-20 ਕਿਲੋਮੀਟਰ ਤਾਂ ਤੁਰਦੇ ਹੀ ਰਹਾਂ, ਜਗਰਾਵਾਂ ਤੋਂ ਸਾਇੰਸ ਕਾਲਜ ਦੇ ਵਿੱਚ ਡਿਊਟੀ ਦੇ ਕੇ, ਕੰਧ ਜੀ ਟੱਪਣੀ 3 ਫੁੱਟ ਵਾਲੀ, ਸੂਏ ਪੈ ਕੇ ਚੂੜ ਚੱਕ ਤੋਂ ਜਾ ਕੇ ਉੱਤਰ ਜਾਣਾ, 16-17 ਕਿਲੋਮੀਟਰ ਸੀ। ਅਤੇ ਇਸ ਤਰ੍ਹਾਂ ਤੁਰਦੇ ਤਰਦੇ ਰਹੇ ਵੀ ਕਿੱਧਰ ਬੱਸ ਅੱਡੇ ਵੱਲ ਨੂੰ ਜਾਵਾਂਗੇ, 1.5 ਮੀਲ ਇੱਧਰ ਨੂੰ, ਫਿਰ ਜਾ ਕੇ ਚੜ੍ਹਾਂਗੇ, ਫਿਰ ਜਿੱਤਵਾਲ ਤੋਂ ਵੀ ਤੁਰ ਕੇ ਆਉਣਾ ਜਾਂ ਡਾਂਗਾ ਭਾਲਾਂਗੇ।
ਸਿੱਧੇ ਤੁਰ ਕੇ ਚੱਲਦੇ ਹਾਂ। ਹੁਣ ਵੀ ਮੈਂ 10 ਕੁ ਕਿਲੋਮੀਟਰ ਤਾਂ ਜੇ ਤੁਰਨਾ ਪੈ ਜਾਵੇ ਤਾਂ ਤੋਰ ਹੀ ਲੈਂਦਾ, ਕੋਈ ਐਡੀ ਗੱਲ ਨਹੀਂ ਹੈਗੀ। ਇਹ ਵੀ ਮੈਂ ਦੱਸ ਦਿਆਂ, 79ਵੇਂ ਸਾਲ 'ਚ 7 ਕਿਲੋਮੀਟਰ ਤਾਂ ਪੱਕਾ ਤੁਰਦਾ, 9 ਘੰਟੇ ਮੈਂ ਪੜ੍ਹਦਾ ਲਿਖਦਾ ਹਾਂ। 7 ਅਤੇ 9, 79ਵਾਂ ਸਾਲ। ਇਹੋ ਜਿਹੀਆਂ ਗੱਲਾਂ ਨਾਲ ਤਾਂ ਮੈਂ ਭਰਿਆ ਪਿਆ, ਮੈਨੂੰ ਪਤਾ ਵੀ ਇਹ ਮੁੱਕਣੀਆਂ ਨਹੀਂ ਹੈ। ਗੱਲਾਂ ਬਾਰੇ ਤਾਂ ਮੈਂ ਤੁਹਾਨੂੰ ਇਹ ਦੱਸਦਿਆਂ ਵੀ ਸਾਰੀ ਉਮਰ ਖੱਟੀ ਖੱਟੀ ਹੋਈ ਗੱਲਾਂ ਦੀ ਖਾਧੀ ਹੈ। ਭਾਵੇਂ ਕਲਾਸਰੂਮ ਸੀ, ਭਾਵੇਂ ਗਰਾਊਂਡ ਦੇ ਵਿੱਚ ਹਾਂ, ਭਾਵੇਂ ਸੈਮੀਨਾਰ 'ਚ ਹਾਂ, ਭਾਵੇਂ ਕਿਤੇ ਹੋਰ ਹਾਂ। ਇੱਕ ਮੁੰਡਾ ਮੇਰੀ ਕਲਾਸ 'ਚ ਦਰਸ਼ਨ ਬੈਠਾ, ਇਹ ਵੀ ਪੜ੍ਹਿਆ ਉੱਥੋਂ ਢੁੱਡੀ ਕੇ। ਬੜੀ ਸਾਰੀ ਕਲਾਸ ਸੀਗੀ, 150 ਸਟੂਡੈਂਟ ਸੀ। ਕੁਛ ਤਾਂ ਬਹਿ ਜਾਂਦੇ ਸੀਗੇ, ਕੋਈ ਖੜ੍ਹ ਜਾਂਦੇ, ਕੋਈ ਬਾਰੀਆਂ ਦੇ ਵਿੱਚ ਲਮਕ ਲੁਮ ਕੇ ਦੇਖੀ ਜਾਂਦੇ ਸੀ। ਮੈਂ ਕੋਈ ਬਲਵੰਤ ਗਾਰਗੇ ਦੀ ਗੱਲ ਕਹਿ ਬੈਠਾ ਵੀ ਉਹਨੇ ਸਾਨੂੰ ਕਾਫੀ ਹਾਊਸ ਦੇ ਵਿੱਚ ਕਹਾਣੀ ਸੁਣਾਈ ਸੀਗੀ ਵੀ ਇੱਕ ਨੈਣ ਸੀਗੀ, ਬੁੜੀ ਹੋ ਗਈ, ਪਰ ਉਹਨੂੰ ਇਹੋ ਜਿਹੀ ਲਾਉਣੀ ਦੇਣੀ ਆਉਂਦੀ ਸੀਗੀ ਕਿ ਬੰਦੇ ਬੁੜੀਆਂ ਦਾ ਕੀ, ਕੰਧਾਂ ਕੋਠੇ ਵੀ ਰਵਾ ਦਿੰਦੀ ਸੀਗੀ। ਮੈਂ ਦੇਖਿਆ ਵੀ ਪਿੱਛੇ ਇੱਕ ਮੁੰਡਾ ਉਹ ਜਰਦਾ ਲਾ ਗਿਆ। ਮੈਂ ਕਿਹਾ ਤਾਂ ਬੜੀ ਸ਼ਰਾਰਤ ਕਰ ਰਿਹਾ ਯਾਰ, ਇਹਨੂੰ ਪਤਾ ਨਹੀਂ ਕਲਾਸ 'ਚ ਬੈਠਾ ਅਤੇ ਲਾ ਲਿਆ ਜਰਦਾ। ਉੱਥੇ ਲੈਂਟਰ ਲਾਉਣਾ ਕਹਿੰਦੇ ਉਹਨਾਂ, ਇੱਧਰ ਰਾਊ ਕਿਆ ਬਲਦਾ ਸੀ, ਉਹ ਕਹਿੰਦੇ ਅਸੀਂ ਤਾਂ ਲੈਂਟਰ ਲਾਉਣਾ ਕਹਿੰਦੇ ਹਾਂ। ਉਹ ਮੈਂ ਕਿਹਾ ਕਾਕਾ ਤੂੰ ਤੂੰ ਉੱਠ ਕੇ ਖੜਾ ਹੋ। ਉਹ ਜੀ ਬੁੱਲਾਂ ਦੇ ਜੀਭ ਜੀ ਫੇਰਦਾ ਉੱਠ ਕੇ ਖੜਾ ਹੋ ਗਿਆ। ਮੈਂ ਕਿਹਾ ਵੀ ਤੇਰਾ ਧਿਆਨ ਕਿੱਧਰ ਸੀ? ਕਹਿੰਦਾ ਜੀ ਥੋੜੀਆਂ ਗੱਲਾਂ ਵੱਲ। ਮੈਂ ਕਿਹਾ ਭਲਾ ਮੈਂ ਕੀ ਦੱਸਦਾ ਸੀਗਾ? ਉਹਨੇ ਫਿਰ ਬੁੱਲਾਂ ਦੇ ਜੀਭ ਫੇਰੀ। ਕਹਿੰਦਾ ਜੀ ਤੁਸੀਂ ਦੱਸਦੇ ਸੀਗੇ ਵੀ ਇੱਕ ਬੁੜੀ ਹੁੰਦੀ ਸੀ, ਉਹ ਕੰਧਾਂ ਕੋਠੇ ਟੱਪ ਜਾਂਦੀ ਸੀ। ਮੈਂ ਕਿਹਾ ਬਹਿ ਜਾ ਬਹਿ ਜਾ। ਮੈਂ ਕਿਹਾ ਤੂੰ ਮੈਨੂੰ ਮਿਲੀ ਬਾਅਦ 'ਚ, ਤੂੰ ਕੋਈ ਸ਼ੈ ਆ। ਮੈਂ ਤੂੰ ਇਸ ਤਰ੍ਹਾਂ ਦੀਆਂ ਗੱਲਾਂ, ਉਹ ਕਈ ਅਜਿਹੀਆਂ ਗੱਲਾਂ ਸੁਣਨ ਆਉਂਦੇ ਸੀ ਮੇਰੇ ਕੋਲੇ। ਢੁੱਡੀਆਂ ਤੋਂ ਜਾਣਾ ਪਿੰਡ ਨੂੰ ਦੁੱਧ ਵਾਲੇ ਰਾਹ, ਕਹਿੰਦੇ ਮੁੰਡੇ ਸ਼ਰਾਰਤਾਂ ਕਰਦੇ ਆ, ਸ਼ਰਾਰਤਾਂ ਕੁੜੀਆਂ ਵੀ ਕਰਦੀਆਂ। ਉਹ ਚਾਰ ਕੁੜੀਆਂ, ਉਹ ਟੋਟਾ ਸੀਗਾ ਮਤਲਬ ਉਹੀ 10-11 ਫੁੱਟ, ਉਹ ਘਾਹ ਖੋਤਣ ਚੱਲੀਆਂ, ਪੱਲੀਆਂ ਉਹਨਾਂ ਦੀਆਂ ਕੋਲੇ ਅਤੇ ਰੰਬੇ ਉਹਨਾਂ ਦੇ ਕੋਲ, ਰੰਬੇ ਦਾਤੀਆਂ। ਅਤੇ ਉਹ ਮੈਂ ਪਿੱਛੇ ਸਾਈਕਲ 'ਤੇ ਆ ਰਿਹਾ ਸੀਗਾ ਆਪਦੇ ਪਿੰਡ ਨੂੰ ਜਾਣ ਵਾਸਤੇ, ਉਹਨਾਂ ਨੇ ਕਦੇ ਦੇਖ ਲਿਆ ਵੀ ਉਹ ਪਿੱਛੇ ਆਉਂਦਾ ਪ੍ਰੋਫੈਸਰ, ਉਹ ਮੁੰਡਾ ਜਿਹਾ ਸੀਗਾ। ਮੈਂ 27ਵੇਂ ਸਾਲ ਸੀ, ਮੈਂ ਟੱਲੀ ਖੜਕਾਈ ਵੀ ਮੈਨੂੰ ਰਾਹ ਦੇ ਦੇਣ, ਚਾਰੇ ਬਰਾਬਰ ਬਰਾਬਰ ਜਾ ਰਹੀਆਂ ਸੀਗੀਆਂ। ਉਹ ਇੱਕ ਦੂਜੇ ਨੂੰ ਕੂਣੀ ਗਾਣੀ ਜੀ ਮਾਰ ਕੇ ਨਾ ਉਹਨਾਂ ਰਾਹ ਰੂਹ ਨਾ ਦਿੱਤਾ, ਮੈਂ 2-3 ਵਾਰੀ ਟੱਲੀ ਖੜਕਾਈ। ਵੀ ਹੱਦ ਹੋਈ ਯਾਰ, ਕੁੜੀਆਂ ਉਹ ਵੀ ਨਹੀਂ ਰਾਹ ਦੇ ਰਹੀਆਂ, ਭਲਾ ਮੁੰਡੇ ਤਾਂ ਇਹੋ ਜਿਹੀ ਗੱਲ ਕਰਦੇ ਹੁੰਦੇ। ਮੈਂ ਮਨ ਸੋਚਿਆ ਮੈਂ ਕਿਹਾ ਵੀ ਹੁਣ ਇਹਨਾਂ ਨੇ ਰਾਹ ਤਾਂ ਦੇਣਾ ਨੀਗਾ, ਚਲੋ ਕੱਚੇ ਸਾਈਕਲ ਲੰਘਾ ਲੈਂਦੇ ਹਾਂ ਪਾਸੇ ਦੀ। ਮੈਂ ਕੱਚੇ ਜੋ ਲੰਘਾ ਕੇ ਬਰਾਬਰ ਦੀ ਲੰਘਿਆ ਨਾ ਅੱਗੇ, ਇੱਕ ਕਹਿਣ ਲੱਗੀ ਯਾਰ ਟੱਲੀ ਤਾਂ ਤੇਰੀ ਬੋਲਦੀ ਨਹੀਂ। ਮੈਂ ਜੀ ਉਦੋਂ ਬਾਅਦ ਗਾਹਾਂ ਨਿਕਲਦਾ ਗਿਆ, ਉਹਨਾਂ ਕੁੜੀਆਂ ਦਾ ਹਾਸਾ ਫਿਰ ਟੱਲੀ ਵਾਂਗੂ ਟਣਕਦਾ ਰਿਹਾ। ਉਹਨਾਂ ਦਿਨਾਂ 'ਚ ਤਾਂ ਜਿਹੜੇ ਟੁੱਟੀ ਗਏ ਸੀ ਨਾ ਆਪਣਾ ਮਾਧੋਪੁਰੀ ਜੀ, ਮੈਂ ਇੱਥੋਂ ਘੁੰਡ ਕੱਢਦੀਆਂ ਸੀ ਕਈ। ਉਹਨਾਂ ਨੇ ਸਾਹਮਣੇ ਓਪਰਾ ਹੈਗਾ ਵੀ ਹੋ ਸਕਦਾ ਪਿੰਡ ਦਾ ਜਾਂ ਕੋਈ ਓਪਰਾ, ਕੀ ਪਤਾ, ਲਾਮ ਦੇ ਬੰਦੇ ਕੋਲ ਨਹੀਂ ਸੀ ਹੁੰਦਾ, ਪਿੰਡ ਦੇ ਵਿੱਚ ਵੱਡੇ ਥਾਂ ਲੱਗਦਾ, ਭਾਵੇਂ ਛੋਟੀ ਉਮਰ ਦਾ ਵੀ ਹੋਵੇ ਨਾ ਉਹ ਤੋਂ ਵੀ ਘੁੰਡ ਕੱਢਦੀਆਂ ਸੀਗੀਆਂ। ਹੁਣ ਤਾਂ ਬਹੁਤ ਫਰਕ ਪੈ ਗਿਆ ਉੱਥੇ। ਪੂਰਨਮਾਸ਼ੀ ਨਾਵਲ ਤੁਸੀਂ ਪੜ੍ਹਿਆ, ਉਹ ਢੁੱਡੀ ਗਈ ਆ ਸਾਰਾ ਉਹਦਾ ਨਵਾਂ ਪਿੰਡ। ਚਲੋ ਇਹ ਤਾਂ ਜੇ ਟ੍ਰੇਲਰ ਹੀ ਮਾੜਾ ਜਿਹਾ ਦਿਖਾਇਆ, ਕਦੇ ਫਿਲਮਾਂ ਵੀ ਦਿਖਾਵਾਂਗੇ। ਹੁਣ ਤੁਸੀਂ ਆਪਦੀ ਗੱਲ ਪੁੱਛੋ ਕੋਈ। ਉਹ ਅਸੀਂ ਤਾਂ ਉਦੋਂ ਥੋੜ੍ਹੇ ਜਿਹੇ ਸੀਗੇ ਪੜ੍ਹਨ ਵਾਲੇ, ਮੈਂ ਦਿੱਲੀ ਯੂਨੀਵਰਸਿਟੀ ਦੀਆਂ ਕੰਧ 'ਤੇ ਬਹਿ ਕੇ ਛਲੀਆਂ ਚੱਪਦਾ ਰਿਹਾ, ਔਰ ਬੀਬੀਆਂ ਬਹੁਤ ਚੰਗੀਆਂ ਸੀਗੀਆਂ ਮੇਰੇ ਨਾਲ ਪੜ੍ਹਨ ਵਾਲੀਆਂ। ਉਹਨਾਂ ਨੇ ਕਹਿਣਾ ਵੀ ਵੀਰ ਜੀ ਅਸੀਂ ਇੱਕ ਇੱਕ ਫੁਲਕਾ ਵੱਧ ਲਾਇਆ ਕਰਾਂਗੀਆਂ, ਤੁਸੀਂ ਸਾਡੇ ਨਾਲ ਰੋਟੀ ਖਾ ਲਿਆ ਕਰੋ। ਅਤੇ ਮੈਂ ਕਿਹਾ ਵੀ ਕਿਸੇ ਦਿਨ ਸੋਧੇ ਤਾਂ ਖਾ ਸਕਦਾ, ਹਰ ਰੋਜ਼ ਰੋਟੀ ਖਾਣੀ ਇਹ ਚੰਗੀ ਨਹੀਂ ਲੱਗਦੀ। ਅਤੇ ਉੱਥੇ ਨੇੜੇ ਤੇੜੇ ਕੋਈ ਢਾਬਾ ਨਹੀਂ ਸੀਗਾ, ਕੋਈ ਹੋਟਲ ਨਹੀਂ ਸੀ, ਅਤੇ ਮੈਂ ਜਦੋਂ ਦੁਪਹਿਰ ਦੀ ਰੋਟੀ ਦਾ ਵਕਤ ਹੋਣਾ ਤਾਂ ਉਹ ਕੰਧ ਸੀਗੀ, ਮੈਂ ਹੁਣ ਤਾਂ ਕੰਧ ਦੇਖੀ ਪਿਛਲੇ ਸਾਲ, ਹੁਣ ਤਾਂ ਨਕਸ਼ਾ ਹੀ ਬਦਲਿਆ ਪਿਆ। ਅਤੇ ਉੱਥੇ ਇੱਕ ਛਲੀਆਂ ਭੁੰਨਣ ਵਾਲੀ ਬੈਠੀ ਹੁੰਦੀ ਸੀਗੀ, ਅਤੇ ਉਹ ਨਿੰਬੂ ਨੂੰ ਮਿਰਚ ਨਾਲ ਲਾ ਕੇ ਨਾ ਉਹ ਘਸਾ ਕੇ ਉਹ ਦਿੰਦੀ ਹੁੰਦੀ, 4 ਕੁ ਛਲੀਆਂ ਚੱਬ ਲੈਣੀਆਂ ਮੈਂ, ਅਤੇ ਸਵੇਰੇ ਦੁੱਧ ਨਾਲ ਰੱਜ ਕੇ ਆਉਣਾ। ਅਤੇ
ਭੁੱਖ ਭਾਖ ਕਾਹਦੀ ਲੱਗਣੀ ਸੀਗੀ। ਤੋ ਇਸ ਤਰੀਕੇ ਨਾਲ ਮੈਂ ਇੱਥੇ ਪੜ੍ਹਦਾ ਰਿਹਾ। ਫਿਰ ਇੱਕ ਕੁੜੀ ਮੈਨੂੰ ਬਹੁਤ ਹੀ, ਨਹੀਂ ਵੀਰ ਜੀ ਲਿਆ ਕਰਨ, ਮੈਂ ਕਿਹਾ ਨਹੀਂ ਨਹੀਂ ਬੀਬਾ ਜੀ ਮੈਂ ਮਤਲਬ ਭੈਣ ਜੀ ਇਸ ਤਰ੍ਹਾਂ ਨਹੀਂ ਚੰਗਾ ਲੱਗਦਾ। ਹਾਂ ਠੀਕ ਆ, ਤੁਹਾਡਾ ਕੋਈ ਕਿਸੇ ਦਾ ਜਨਮ ਜਨਮ ਦਿਨ ਹੋਇਆ ਉਦੋਂ ਮੈਂ ਖਾ ਪੀ ਲੂੰਗਾ। ਅਤੇ ਕਹਿੰਦੀ ਰੋਟੀਆਂ ਕਿੰਨੀਆਂ ਖਾ ਲਉਂਗੇ? ਮੇਰਾ ਦਿਲ ਤਾਂ ਕਰੇ, ਮੈਂ ਕਿਹਾ ਵੀ ਜਦ ਤੂੰ ਰੋਟੀਆਂ ਲਾਹੀ ਚੱਲੇ ਤਾਂ ਮੈਂ ਤਾਂ ਰੱਜਾਂ ਹੀ ਨਾ। ਪਰ ਕਿਹਾ ਥੋੜ੍ਹਾ ਜਾਂਦਾ ਹੈ, ਸੀ ਮੇਰਾ ਵੀ ਦਿਲ, ਐਸੀ ਨਹੀਂ ਗੱਲ। ਦੇਖੋ ਮੈਂ ਆਪਦੀ ਸਵੈ ਜੀਵਨੀ ਸਿੱਧਾ ਕਿਹਾ, ਕੋਈ ਕੁਛ ਕਹੇ ਨਾ ਕਹੇ, ਭਾਵੇਂ ਇੱਕ ਤਰਫਾ ਹੀ ਹੋਵੇ। ਉਸ ਵੇਲੇ ਤਾਂ ਜੇ ਕਿਤੇ ਮਤਲਬ ਮੈਨੂੰ ਕੋਈ ਵਿਚੋਲਾ ਮੇਰਾ ਵਿਆਹ ਕਰਵਾਉਣ ਵਾਲਾ ਹੁੰਦਾ ਤਾਂ ਮੈਂ ਕਰਵਾ ਹੀ ਲੈਣਾ ਸੀਗਾ। ਹੁਣ ਤਾਂ ਪਤਾ ਵੀ ਨਹੀਂ ਕੌਣ ਕਿੱਥੇ ਆ, ਕੀ ਕਰਦੇ ਆ ਕੌਣ। ਇਹ ਤਾਂ ਵਿਧਾ ਬਣਦੀਆਂ ਨੇ ਇਸ ਤਰ੍ਹਾਂ, ਤੋ ਵਿਧਾ ਬਣਦੀਆਂ ਜਦੋਂ ਕੋਈ ਬੱਚਾ ਜਨਮ ਲੈਂਦਾ। ਉਹ ਜਮਾਂਦਰੂ ਲੇਖਕ ਨਹੀਂ ਹੁੰਦਾ, ਜਮਾਂਦਰੂ ਕੋਈ ਖਿਡਾਰੀ ਨਹੀਂ ਹੁੰਦਾ, ਵਿਧਾ ਬਣ ਜਾਂਦੀਆਂ ਨੇ।